ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ, ਲੈ ਕੇ ਹਾਜ਼ਰ ਹਾਂ ਜੀ ਅੱਜ ਦਾ ਮੁੱਦਾ। ਔਰ ਅੱਜ ਮੁੱਦਾ ਹੈਗਾ ਜੀ CAA ਦਾ, ਔਰ CAA ਦਾ ਮੁੱਦਾ ਅਹਿਮ ਇਸ ਕਰਕੇ ਬਣਿਆ ਹੋਇਆ ਕਿਉਂਕਿ ਜਿੱਥੇ ਸਿਟੀਜ਼ਨ ਅਮੈਂਡਮੈਂਟ ਐਕਟ ਦੀ ਗੱਲ ਹੋ ਰਹੀ ਸੀਗੀ ਤਾਂ ਇਹ ਕੁਝ ਕਵਾਇਦ ਲਗਾਈ ਜਾ ਰਹੀਆਂ ਸਨ ਕਿ ਕੀ ਕੁਝ ਇਸ ਬਿੱਲ ਦੇ ਵਿੱਚ ਨਵਾਂ ਨਿਕਲ ਕੇ ਆ ਸਕਦਾ। ਔਰ ਅਸੀਂ ਇਸ ਮੰਚ ਦੇ ਉੱਤੇ ਤਮਾਮ ਜਿਹੜੇ ਅਪਡੇਟਸ ਨੇ ਉਹ ਹਮੇਸ਼ਾ ਲੈ ਕੇ ਆਏ ਸੀਗੇ, ਅਤੇ ਅਪਡੇਟ ਜਿਹੜਾ ਹੁਣ ਹਾਲ ਫਿਲਹਾਲ ਦੇ ਵਿੱਚ ਆਇਆ ਉਹ ਅੱਜ ਇਸ ਮੰਚ ਦੇ ਉੱਤੇ ਰੱਖਾਂਗੇ, ਅਤੇ ਨਾਲ ਹੀ ਦਿੱਲੀ ਦੀ ਚੋਣਾਂ ਦੀ ਵੀ ਗੱਲ ਕਰਾਂਗੇ। ਦਰਸ਼ਕਾਂ ਦੀ ਜਾਣਕਾਰੀ ਦੱਸ ਦਈਏ ਕਿ ਸਭ ਤੋਂ ਪਹਿਲਾਂ ਸਿਟੀਜ਼ਨ ਅਮੈਂਡਮੈਂਟ ਐਕਟ ਨੂੰ ਲੈ ਕੇ ਕੀ ਕੁਝ ਨਵੀਂ ਅਪਡੇਟਸ ਹਨ ਉਹ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ। ਸਿਟੀਜ਼ਨ ਅਮੈਂਡਮੈਂਟ ਐਕਟ ਉਹ ਸੀਗਾ, ਪਹਿਲੇ ਮੈਂ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਬਰੀਫ ਦੱਸ ਦੇਵਾਂ ਕਿ ਆਖਿਰਕਾਰ ਇਸ ਐਕਟ ਦੇ ਬਾਰੇ ਜਾਣਕਾਰੀ ਕੀ ਕੁਝ ਸਾਨੂੰ ਹਾਸਿਲ ਕਰਨੀ ਚਾਹੀਦੀ ਹੈ। ਹਾਲ ਫਿਲਹਾਲ ਦੇ ਵਿੱਚ ਇਹ ਜਦ ਬਿੱਲ ਪਾਸ ਹੋਇਆ ਭਾਰਤ ਦੇ ਵਿੱਚ ਤਾਂ ਕਈ ਸਾਰੇ ਵਿਰੋਧੀ ਧਿਰਾਂ ਨੇ ਇਸ ਬਿੱਲ ਨੂੰ ਨਾਮਨਜ਼ੂਰ ਕੀਤਾ, ਕਿਹਾ ਕਿ ਇਹ ਬਿੱਲ ਜਿਹੜਾ ਹੈਗਾ ਉਹ ਸੰਵਿਧਾਨ ਦੇ ਖਿਲਾਫ ਹੈ ਕਿਉਂਕਿ ਭਾਰਤ ਨੇ ਅਫਗਾਨਿਸਤਾਨ, ਪਾਕਿਸਤਾਨ ਅਤੇ ਪਾਕਿਸਤਾਨ ਦੀ ਅਗਰ ਗੱਲ ਕਰੀਏ ਤਾਂ ਉੱਥੇ ਘੱਟ ਗਿਣਤੀ ਜਿਹੜੀ ਹੈਗੀ ਹੈ, ਹਿੰਦੂ ਭਾਈਚਾਰਾ ਜਿਹੜਾ ਹੈਗਾ, ਸਿੱਖ ਭਾਈਚਾਰਾ ਹੈਗਾ ਜਾਂ ਫਿਰ ਜੈਨ ਭਾਈਚਾਰਾ, ਬੁੱਧਿਜ਼ਮ ਭਾਈਚਾਰਾ, ਮੈਜੋਰਿਟੀ ਦੇ ਵਿੱਚ ਉੱਥੇ ਮੁਸਲਿਮ ਭਾਈਚਾਰਾ ਹੈਗਾ। ਅਤੇ ਉਹਨਾਂ ਨੇ ਕਿਹਾ ਕਿ 2014 31 ਦਸੰਬਰ ਤੋਂ ਪਹਿਲਾਂ ਜੋ ਵੀ ਭਾਰਤ ਦੇ ਵਿੱਚ ਆਇਆ ਉਹਨੂੰ ਸਿਟੀਜ਼ਨਸ਼ਿਪ ਦਿੱਤੀ ਜਾਵੇਗੀ, ਜੇਕਰ ਉਸ ਤੋਂ ਪਹਿਲਾਂ ਕੋਈ ਆਇਆ ਹੋਇਆ ਤਾਂ ਉਹਨੂੰ ਦਿਖਾਉਣਾ ਪਵੇਗਾ ਕਿ ਉਹ ਭਾਰਤ ਦੇ ਵਿੱਚ ਕਦ ਐਂਟਰ ਹੋਇਆ ਔਰ ਉਹਦਾ ਧਰਮ ਕੀ ਹੈ, ਯਾਨੀ ਕਿ ਧਰਮ ਦੇ ਉੱਤੇ ਹੁਣ ਤੁਹਾਨੂੰ ਸਿਟੀਜ਼ਨਸ਼ਿਪ ਮਿਲੇਗੀ। ਜਿਸ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿੱਥੇ ਦੀ ਗੱਲ ਅਸੀਂ ਕਰਦੇ ਹਾਂ, ਜਿੱਥੇ ਇਹ ਕੰਟਰੀ ਸਾਨੂੰ ਫਰੀਡਮ ਆਫ ਸਪੀਚ ਦੀ ਗੱਲ ਕਰਦੀ ਹੈ, ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਕਰਦੀ ਹੈ, ਲੇਕਿਨ ਭਾਰਤ ਦੇ ਵਿੱਚ ਜਦ ਦਾ ਇਹ ਬਿੱਲ ਪਾਸ ਹੋਇਆ ਤਾਂ ਕਿੱਥੇ ਨਾ ਕਿੱਥੇ ਕਵਾਇਦ ਸ਼ੁਰੂ ਹੋਈ ਕਿ ਬੰਗਲਾਦੇਸ਼, ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆਏ ਪ੍ਰਵਾਸੀ ਜਿਹੜੇ ਨੇ ਮਿਨੋਰਿਟੀ ਦੇ ਵਿੱਚ ਉਹ ਸਿਟੀਜ਼ਨਸ਼ਿਪ ਲੈ ਸਕਦੇ ਨੇ, ਮੈਜੋਰਿਟੀ ਦੇ ਵਿੱਚ ਮੁਸਲਿਮ ਨੇ ਉਹ ਨਹੀਂ ਲੈ ਸਕਦੇ। ਤਾਂ ਮੁਸਲਿਮ ਭਾਈਚਾਰੇ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਵੀ ਪਾਇਆ ਗਿਆ, ਸ਼ਾਹੀਨ ਬਾਗ ਦਿੱਲੀ ਦੇ ਵਿੱਚ ਬਾਕਾਇਦਾ ਤੌਰ ਦੇ ਉੱਤੇ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਚੱਲ ਰਹੇ ਹਨ ਔਰ ਵੱਡੀ ਗਿਣਤੀ ਦੇ ਵਿੱਚ ਚੱਲ ਰਹੇ ਹਨ। ਔਰ ਜਦ ਕਿਸੇ ਵੀ ਭਾਈਚਾਰੇ ਨੂੰ ਠੇਸ ਪਹੁੰਚਦੀ ਹੈ ਤਾਂ ਹਮੇਸ਼ਾ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਸਿੱਖ ਭਾਈਚਾਰਾ ਉਹਨਾਂ ਦੀ ਮਦਦ ਲਈ ਪਹੁੰਚ ਜਾਂਦਾ। ਅਗਰ ਮੈਂ ਮਦਦ ਦੀ ਗੱਲ ਕਰਾਂ ਤਾਂ ਖਾਲਸਾ ਏਡ ਵਰਗੀਆਂ ਸੰਸਥਾਵਾਂ ਜਿੱਥੇ ਵਿਸ਼ਵ ਪੱਧਰ ਦੇ ਵਿੱਚ ਜਾ ਕੇ ਉਹਨਾਂ ਮੁਸ਼ਕਿਲਾਂ ਹਾਲਾਤਾਂ ਦੇ ਵਿੱਚ ਜਾ ਕੇ ਉਹਨਾਂ ਦੇ ਦਰਦ ਨੂੰ ਸਮਝਦੀ ਹੈ ਅਤੇ ਲੰਗਰ ਦੀ ਸੇਵਾ, ਔਰ ਜੇਕਰ ਉਹਨਾਂ ਨੂੰ ਕੋਈ ਵੀ ਮੈਡੀਕਲ ਏਡ ਦੀ ਸਰਵਿਸਿਜ਼ ਚਾਹੀਦੀ ਹੁੰਦੀ ਹੈ ਤਾਂ ਹਮੇਸ਼ਾ ਸਿੱਖ ਭਾਈਚਾਰਾ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਪਹੁੰਚ ਜਾਂਦਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਠੇਸ ਸਿਰਫ ਉਸ ਭਾਈਚਾਰੇ ਦਾ ਠੇਸ ਨਹੀਂ ਹੈ, ਇਹ ਠੇਸ ਇੱਕ ਇਨਸਾਨੀਅਤ ਦਾ ਠੇਸ ਹੈ ਔਰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨੂੰ ਹਮੇਸ਼ਾ ਮੱਲਮ ਪੱਟੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੋਰ ਜਦ ਸ਼ਾਹੀਨ ਬਾਗ ਦੀ ਮੈਂ ਗੱਲ ਕੀਤੀ ਤਾਂ ਸ਼ਾਹੀਨ ਬਾਗ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ ਉੱਥੇ ਪਹੁੰਚਿਆ, ਉਹਨਾਂ ਨੇ ਮੁਸਲਿਮ ਭਾਈਚਾਰੇ ਦਾ ਜਿਹੜਾ ਦਰਦ ਹੈ ਉਸ ਨੂੰ ਸਮਝਿਆ। ਸ਼ਾਹੀਨ ਬਾਗ ਦੇ ਵਿੱਚ ਨਾ ਸਿਰਫ ਮੁਸਲਿਮ ਭਾਈਚਾਰਾ ਬਲਕਿ ਕਈ ਸਾਰੇ ਸਟੂਡੈਂਟਸ ਅਤੇ ਹੋਰ ਕਈ ਸਾਰੇ ਜਿਹੜੇ ਔਰਗਨਾਈਜੇਸ਼ਨਸ ਹਨ ਮਾਨਵ ਅਧਿਕਾਰਾਂ ਨੂੰ ਲੈ ਕੇ ਉਹ ਉੱਥੇ ਰੋਸ ਮੁਜ਼ਾਹਰੇ ਕਰ ਰਹੇ ਹਨ, ਸਰਕਾਰ ਦੇ ਪ੍ਰਤੀ ਆਪਣਾ ਦਮਖਮ ਵਿਖਾ ਰਹੇ ਹਨ। ਅਤੇ ਉੱਥੇ ਗੱਲ ਜਦ ਸ਼੍ਰੋਮਣੀ ਅਕਾਲੀ ਦਲ ਦੀ ਆਈ, ਕਿਉਂਕਿ ਉਹ ਸਿੱਖਾਂ ਨੂੰ ਰੀਪ੍ਰਜ਼ੈਂਟ ਕਰਦੀ ਹੈ ਔਰ ਕਹਿੰਦੇ ਹਨ ਕਿ ਅਸੀਂ ਲੰਬੇ ਸਮੇਂ ਤੋਂ ਰੀਪ੍ਰਜ਼ੈਂਟ ਕਰ ਰਹੇ ਹਾਂ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਦੋ ਫਾੜ ਇਸ ਟਾਈਮ ਹੋਏ ਹੋਏ ਹਨ, ਜਿੱਥੇ ਟਕਸਾਲੀ ਵੱਖ ਹੋ ਚੁੱਕੇ ਹਨ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ, ਯਾਨੀ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹਨਾਂ ਦੇ ਜਿਹੜੇ ਆਗੂ ਨੇ ਉਹ ਵੱਖ ਨੇ, ਯਾਨੀ ਕਿ ਉਹ ਇੱਕ ਮੰਚ ਦੇ ਉੱਤੇ ਨਹੀਂ ਹਨ। ਲੇਕਿਨ ਆਈਡੀਓਲੋਜੀ ਔਰ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਹਨ ਸਾਡੀ ਡਿਫਰੈਂਟ ਹੈ, ਸਾਡੀ ਵੱਖ ਵੱਖ ਵਿਚਾਰਧਾਰਾ ਹੈਗੀ, ਜਿਸ ਕਰਕੇ ਅਸੀਂ ਇੱਕ ਮੰਚ ਦੇ ਉੱਤੇ ਇਕੱਠੇ ਨਹੀਂ ਹੋ ਸਕਦੇ, ਕਿਉਂਕਿ ਬਾਦਲ ਪਰਿਵਾਰ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਆਪਣਾ ਕਬਜ਼ਾ ਕੀਤਾ ਹੋਇਆ, ਅਸੀਂ ਉਸ ਕਬਜ਼ੇ ਦੇ ਵਿੱਚ ਰਹਿ ਕੇ ਕੰਮ ਨਹੀਂ ਕਰ ਸਕਦੇ, ਜਿਸ ਕਰਕੇ ਟਕਸਾਲੀਆਂ ਨੇ ਆਪਣੀ ਇੱਕ ਨਵੀਂ ਪਾਰਟੀ ਬਣਾਈ ਜਿਹਦਾ ਨਾਂ ਰੱਖਿਆ ਗਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ। ਤਾਂ ਹੁਣ ਕਹਿਣ ਦਾ ਭਾਵ ਹੈ ਕਿ ਦੋਵਾਂ ਨੇ ਇਹ ਵਚਨ ਕੀਤਾ ਕਿ ਅਸੀਂ ਮੁਸਲਿਮ ਭਾਈਚਾਰੇ ਦੇ ਨਾਲ ਖੜ੍ਹੇ ਹੋਵਾਂਗੇ। ਹਾਲ ਫਿਲਹਾਲ ਦੇ ਵਿੱਚ ਖਬਰ ਇਹ ਵੀ ਦਿੱਲੀ ਤੋਂ ਸਾਹਮਣੇ ਆਈ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਭਾਈਵਾਲ ਹੈ ਉਹ ਦਿੱਲੀ ਦੇ ਵਿੱਚ ਬੀਜੇਪੀ ਦੇ ਨਾਲ ਟੁੱਟ ਗਿਆ, ਹੋਰ ਜਿਹੜੀ ਦਿੱਲੀ ਦੇ ਵਿੱਚ ਚੋਣਾਂ ਹੋ ਰਹੀਆਂ ਹਨ ਉਹਨਾਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਰਲ ਕੇ ਜਿਹੜੀ ਚੋਣ ਹੈ ਉਹ ਨਹੀਂ ਲੜ ਰਹੀ। ਫਿਰ ਥੋੜ੍ਹੇ ਦੇਰ ਬਾਅਦ ਹੀ ਸਾਨੂੰ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਜੇਪੀ ਨੱਡਾ ਜਿਹੜੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਰਾਂ ਦੇ ਘਰ ਪਹੁੰਚਦੇ ਹਨ। ਜੇਪੀ ਨੱਡਾ, ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ, ਜੋ ਕਿ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਹਨ, ਉਹ ਨਵੇਂ ਥਾਪੇ ਗਏ ਪ੍ਰੈਜ਼ੀਡੈਂਟ ਹਨ। ਜਦ ਉਹ ਪ੍ਰੈਜ਼ੀਡੈਂਟ ਬਣਦੇ ਹਨ ਤਾਂ ਉਹ ਸੁਖਬੀਰ ਬਾਦਲ ਹੋਰਾਂ ਦੇ
ਘਰ ਉਹਨਾਂ ਦੀ ਕੋਠੀ ਦਿੱਲੀ ਦੇ ਵਿੱਚ ਪਹੁੰਚਦੇ ਹਨ ਔਰ ਕਹਿੰਦੇ ਹਨ ਕਿ ਤੁਸੀਂ ਸਾਨੂੰ ਸਮਰਥਨ ਦਿਓ। ਇਹ ਕਿਹਾ ਗਿਆ ਮਨਜਿੰਦਰ ਸਿੰਘ ਸਿਰਸਾ ਵੱਲੋਂ ਕਿ ਉਹ ਸਾਡੇ ਘਰ ਚੱਲ ਕੇ ਆਏ, ਅਸੀਂ ਉਹਨਾਂ ਦੇ ਘਰ ਨਹੀਂ ਗਏ। ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਭਾਈਵਾਲ ਹੋ, ਤੁਸੀਂ ਸਾਡੀ ਮਦਦ ਕਰੋ ਅਤੇ ਸਾਡੇ ਪ੍ਰਧਾਨ ਸੁਖਬੀਰ ਬਾਦਲ ਹੋਰਾਂ ਨੇ ਉਹਨਾਂ ਦੀ ਰਿਕੁਐਸਟ ਨੂੰ ਮੰਨਿਆ ਅਤੇ ਇਸ ਕਰਕੇ ਅਸੀਂ ਉਹਨਾਂ ਨੂੰ ਸਪੋਰਟ ਵਾਪਸ ਦਿੱਤਾ। ਲੇਕਿਨ ਸਿਆਸੀ ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਸ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਆਪਣਾ ਸਮਰਥਨ ਬੀਜੇਪੀ ਨੂੰ ਦੇ ਦਿੱਤਾ ਸੀ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੱਗਿਆ ਕਿ ਸਾਡੀ ਜਿਹੜੀ ਪਹੁੰਚ ਹੈ ਉਹ ਜਿੱਥੇ ਸਭ ਤੋਂ ਅੱਗੇ ਰਹਿੰਦੀ ਸੀਗੀ ਬੀਜੇਪੀ ਦੇ ਨਾਲ, ਉਹ ਕਿੱਥੇ ਘੱਟ ਹੋਵੇਗੀ। ਇਸ ਕਰਕੇ ਹੁਣ ਅਸੀਂ ਵੀ ਆਪਣੀ ਸਪੋਰਟ ਬੀਜੇਪੀ ਨੂੰ ਦੇ ਦਈਏ ਅਤੇ ਉਸ ਤੋਂ ਇੱਕ ਘੰਟੇ ਬਾਅਦ ਹੀ ਬਕਾਇਦਾ ਤੌਰ ਦੇ ਉੱਤੇ ਸੁਖਬੀਰ ਬਾਦਲ ਪ੍ਰੈਸ ਕਾਨਫਰੰਸ ਕਰਦੇ ਹਨ। ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਉਹ ਐਲਾਨ ਕਰਦੇ ਹਨ ਕਿ ਅਸੀਂ ਆਪਣਾ ਸਮਰਥਨ ਦਿੱਲੀ ਚੋਣਾਂ ਦੇ ਵਿੱਚ ਬੀਜੇਪੀ ਨੂੰ ਦੇ ਰਹੇ ਹਾਂ। ਖੈਰ, ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸਾਡਾ ਸਟੈਂਡ ਇਸ ਕਰਕੇ ਕਲੀਅਰ ਹੈ ਕਿਉਂਕਿ ਅਸੀਂ ਬੀਜੇਪੀ ਦਾ ਸਾਥ CAA ਦੇ ਮੁੱਦੇ 'ਤੇ ਨਹੀਂ ਦਿੱਤਾ, ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਹੈ ਉਹ ਰਿਲੀਜੀਅਸ ਪਾਰਟੀ ਹੈਗੀ ਹੈ ਔਰ ਰਿਲੀਜੀਅਸ ਦੇ ਆਧਾਰ ਦੇ ਉੱਤੇ ਕਿਸੇ ਨੂੰ ਵੀ ਨਾਗਰਿਕਤਾ ਸੋਧ ਬਿੱਲ ਜਿਹੜਾ ਇਹ ਪਾਸ ਕੀਤਾ ਗਿਆ ਉਹਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਉਹਨਾਂ ਨੇ ਇਨਵੋਲਵ ਨਹੀਂ ਕੀਤਾ ਅਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਹੈ ਉਹ ਆਪਣਾ ਸਟੈਂਡ ਕਲੀਅਰ ਨਹੀਂ ਕਰੇਗੀ ਕਿਉਂਕਿ ਸਾਡੀ ਵਿਚਾਰਧਾਰਾ ਵੱਖ ਹੈਗੀ ਹੈ ਔਰ ਬੀਜੇਪੀ ਦੀ ਵਿਚਾਰਧਾਰਾ ਵੱਖ ਹੈਗੀ ਹੈ। ਇਹ ਕਿਹਾ ਗਿਆ ਮਨਜਿੰਦਰ ਸਿੰਘ ਸਿਰਸਾ ਵੱਲੋਂ ਇੱਕ ਨਿੱਜੀ ਇੰਟਰਵਿਊ ਦੇ ਵਿੱਚ। ਔਰ ਜਦ ਮੈਂ ਉਸ ਇੰਟਰਵਿਊ ਨੂੰ ਵੇਖ ਰਿਹਾ ਸੀ ਤਾਂ ਮੇਰੇ ਜ਼ਿਹਨ ਦੇ ਵਿੱਚ ਇੱਕ ਸਵਾਲ ਆਇਆ, ਜਦ ਤੁਹਾਨੂੰ ਚੋਣਾਂ ਲੜਨੀਆਂ ਹੁੰਦੀਆਂ ਹਨ ਤਾਂ ਤੁਸੀਂ ਕਮਲ ਦੇ ਨਿਸ਼ਾਨ ਦੇ ਉੱਤੇ ਦਿੱਲੀ ਦੇ ਵਿੱਚ ਚੋਣਾਂ ਲੜਦੇ ਹੋ ਔਰ ਤੁਸੀਂ ਕਹਿੰਦੇ ਹੋ ਕਿ ਜਿਹੜੇ ਵੀ ਬਿੱਲ ਬੀਜੇਪੀ ਵੱਲੋਂ ਪਾਸ ਕੀਤੇ ਗਏ ਹਨ ਉਹ ਬਹੁਤ ਹੀ ਵਧੀਆ ਹਨ ਔਰ ਜੋ ਵੀ ਮੋਦੀ ਜੀ ਕਰ ਰਹੇ ਨੇ ਉਹ ਬਹੁਤ ਵਧੀਆ ਦੇਸ਼ ਹਿੱਤ ਦੇ ਵਿੱਚ ਹੈਗਾ। ਲੇਕਿਨ ਹੁਣ ਜਦ ਤੁਹਾਡੀ ਗੱਲ ਨਹੀਂ ਬਣਦੀ, ਤੁਹਾਡੀ ਦਾਲ ਨਹੀਂ ਗਲਦੀ, ਤਾਂ ਤੁਹਾਡਾ ਜਿਹੜਾ ਸਟੈਂਡ ਹੈ ਉਹ CAA ਨੂੰ ਲੈ ਕੇ ਸਾਹਮਣੇ ਆ ਜਾਂਦਾ। ਹੁਣ ਅੱਜ ਜਿਹੜੀ ਖਬਰ ਅਸੀਂ ਇਸ ਮੰਚ ਦੇ ਉੱਤੇ ਰੱਖ ਰਹੇ ਹਾਂ ਉਹ ਖਬਰ ਇਹ ਹੈਗੀ ਹੈ ਕਿ ਮੁਸਲਿਮ ਭਾਈਚਾਰਾ ਜਿਹੜਾ ਹੈਗਾ ਉਹ ਦਰਬਾਰ ਸਾਹਿਬ ਵਿਖੇ ਜਾ ਕੇ ਨਤਮਸਤਕ ਹੋਇਆ, ਉਹਨਾਂ ਨੇ ਦਰਬਾਰ ਸਾਹਿਬ ਵਿਖੇ ਨਮਾਜ਼ ਅਦਾ ਕੀਤੀ ਅਤੇ ਬਕਾਇਦਾ ਤੌਰ ਦੇ ਉੱਤੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਨੂੰ ਇੱਕ ਚਿੱਠੀ ਵੀ ਦਿੱਤੀ ਕਿ ਸਾਡੀ ਮਦਦ ਕਰੋ। ਹੁਣ ਤੁਸੀਂ ਇਹਨਾਂ ਦੋਵਾਂ ਕੜੀਆਂ ਨੂੰ ਜੋੜ ਕੇ ਵੇਖੋ, ਪਹਿਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਰੁੱਸ ਜਾਂਦੀ ਹੈ CAA ਨੂੰ ਲੈ ਕੇ, ਆਪਣਾ ਦਮਖਮ ਵਿਖਾਉਂਦੀ ਹੈ ਔਰ ਬਕਾਇਦਾ ਤੌਰ ਦੇ ਉੱਤੇ ਆਪਣੀ ਭਾਈਵਾਲ ਵੀ ਜਿਹੜੀ ਹੈ ਦਿੱਲੀ ਦੇ ਵਿੱਚ ਤੋੜ ਦਿੰਦੀ ਹੈ। ਬੀਜੇਪੀ ਕਹਿੰਦੀ ਹੈ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੀ ਨਹੀਂ। ਲੇਕਿਨ ਉਸ ਤੋਂ ਦੋ ਦਿਨ ਬਾਅਦ ਜਦ ਆਪਣੀ ਉਹ ਸਪੋਰਟ ਦੀ ਗੱਲ ਕਰਦੇ ਹਨ ਪ੍ਰੈਸ ਕਾਨਫਰੰਸ ਤੋਂ ਬਾਅਦ, ਤਾਂ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਕਾਨਫਰੰਸ ਹੁੰਦੀ ਹੈ, ਸ਼੍ਰੋਮਣੀ ਅਕਾਲੀ ਦਲ ਆਪਣਾ ਦਮਖਮ ਵਿਖਾਉਂਦੀ ਹੈ, ਕਹਿੰਦੀ ਹੈ ਕਿ ਪੰਜਾਬ ਸ਼੍ਰੋਮਣੀ ਅਕਾਲੀ ਦਲ ਬਿਨਾਂ ਅਧੂਰਾ ਹੈਗਾ, ਉਹਦੇ ਬਿਨਾਂ ਪੰਜਾਬ ਨਹੀਂ ਚੱਲ ਸਕਦਾ। ਇਹ ਐਲਾਨ ਇਨਡਾਇਰੈਕਟਲੀ ਮੰਚ ਦੇ ਉੱਤੋਂ ਬੀਜੇਪੀ ਨੂੰ ਕੀਤਾ ਜਾਂਦਾ, ਲੇਕਿਨ ਬੀਜੇਪੀ ਇਸ ਗੱਲ ਨੂੰ ਨਾ ਸਮਝਦੀ ਹੋਈ ਉਹ ਕਹਿੰਦੀ ਕਿ ਜੇਕਰ ਅਸੀਂ ਚੋਣਾਂ ਲੜਾਂਗੇ 2022 ਦੇ ਵਿੱਚ ਤਾਂ ਆਪਣੇ ਦਮਖਮ ਦੇ ਉੱਤੇ ਲੜਾਂਗੇ। ਇਹ ਗੱਲ ਕਹੀ ਗਈ ਹੈ ਸਿਆਸੀ ਪੰਡਤਾਂ ਵੱਲੋਂ ਕਿ ਬੀਜੇਪੀ ਦਿਨ ਬਰ ਦਿਨ ਪੰਜਾਬ ਦੇ ਵਿੱਚ ਮਜ਼ਬੂਤ ਹੁੰਦੀ ਜਾ ਰਹੀ ਹੈ। ਉਹਦਾ ਕਾਰਨ ਹੈ ਕਿਉਂਕਿ ਜਿਹੜਾ ਪਾਰਟੀ ਵਰਕਰ ਹੈਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਛਵੀ ਦਿਨ ਬਰ ਦਿਨ ਪੰਜਾਬ ਦੇ ਵਿੱਚ ਖਰਾਬ ਹੁੰਦੀ ਜਾ ਰਹੀ ਹੈ, ਜਿਸਦਾ ਮਾੜਾ ਅਸਰ ਪਾਰਟੀ ਨੂੰ ਪੈ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ, ਔਰ ਉਹਦਾ ਜਿਹੜਾ ਫਾਇਦਾ ਹੈਗਾ ਉਹ ਬੀਜੇਪੀ ਨੂੰ ਪਹੁੰਚ ਰਿਹਾ। ਲੇਕਿਨ ਇਸ ਕੜੀ ਦੇ ਵਿੱਚ ਜਿਹੜੀ ਖਬਰ ਅੱਜ ਸਭ ਤੋਂ ਵੱਡੀ ਬਣਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਇਹ ਮੁਸਲਿਮ ਭਾਈਚਾਰਾ ਆਪਣੀ ਦਰਖਾਸਤ ਲੈ ਕੇ ਪਹੁੰਚਦਾ ਹੈ, ਔਰ ਇਹ ਵੀ ਸਿਆਸੀ ਪੰਡਤਾਂ ਵੱਲੋਂ ਕਿਹਾ ਗਿਆ ਬੀਜੇਪੀ ਨੂੰ ਇਨਡਾਇਰੈਕਟਲੀ ਆਦੇਸ਼ ਜਿਹੜੇ ਨੇ ਉਹ ਦਿੱਤੇ ਜਾ ਰਹੇ ਹਨ ਕਿ ਮੁਸਲਿਮ ਭਾਈਚਾਰਾ ਵੀ ਸਾਡੇ ਨਾਲ ਖੜਾ ਹੋਵੇਗਾ। ਕਹਿਣ ਦਾ ਭਾਵ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਹਿਲੇ ਸਿੱਖਾਂ ਨੂੰ ਆਪਣੇ ਵੱਲ ਕਰਨ ਦੇ ਲਈ ਵੱਡੇ ਤੋਂ ਵੱਡੇ ਐਲਾਨ ਕਰਦਾ ਸੀ, ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਮੁਸਲਿਮ ਭਾਈਚਾਰੇ ਨੂੰ ਵੀ ਆਪਣੇ ਨਾਲ ਖੜਾ ਹੋਣ ਦੇ ਲਈ ਵਚਨਬੰਧ ਹੋ ਰਿਹਾ। ਕਹਿਣ ਦਾ ਭਾਵ ਹੈ ਕਿ ਉਹ ਸਿੱਖਾਂ ਨੂੰ ਅਤੇ ਮੁਸਲਿਮ ਭਾਈਚਾਰੇ ਨੂੰ ਇਕੱਠਾ ਕਰਕੇ ਬੀਜੇਪੀ ਦੇ ਸਾਹਮਣੇ ਇਹ ਵਿਖਾਉਣਾ ਚਾਹੁੰਦਾ ਕਿ ਸਾਡੇ ਕੋਲ ਹੁਣ ਦੋ ਭਾਈਚਾਰੇ ਨਾਲ ਨੇ। ਪੋਲੀਟਿਕਸ ਅਤੇ ਸਿਆਸਤ ਇਹ ਕਹਿੰਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਮੁਸਲਿਮ ਭਾਈਚਾਰਾ ਕਿਉਂ ਪਹੁੰਚਦਾ। ਇਸ ਉੱਤੇ ਚਰਚਾ ਜ਼ਰੂਰ ਕਰਾਂਗੇ ਕਿ ਕਾਰਨ ਕੀ ਬਣ ਗਏ ਕਿ ਮੁਸਲਿਮ ਭਾਈਚਾਰੇ ਨੇ ਅੱਜ ਦਰਬਾਰ ਸਾਹਿਬ ਵਿਖੇ ਨਮਾਜ਼ ਅਦਾ ਕੀਤੀ। ਸਾਨੂੰ ਮਾਣ ਹੈ ਕਿ ਹਰ ਕਿਸੇ ਨੂੰ ਆਪਣੀ ਆਸਥਾ, ਹਰ ਕਿਸੇ ਦੀ ਆਪਣੀ ਪ੍ਰੇਅਰ, ਹਰ ਕਿਸੇ ਦੀ ਆਪਣੀ ਜਿਹੜੇ ਜਜ਼ਬਾਤ ਨੇ ਉਹ ਕਿੱਥੇ ਵੀ ਉਹ ਪੂਰਾ ਕਰ ਸਕਦਾ, ਉਹ ਕਿੱਥੇ ਵੀ ਆਪਣੇ ਨਮਾਜ਼ ਨੂੰ ਅਦਾ ਕਰ ਸਕਦਾ।
ਕਿਉਂਕਿ ਦਰਬਾਰ ਸਾਹਿਬ ਦੀ ਨੀਂਹ ਪੱਥਰ ਵੀ ਇੱਕ ਮੁਸਲਿਮ ਭਾਈਚਾਰੇ ਦੇ ਵਿਅਕਤੀ ਵੱਲੋਂ ਹੀ ਕੀਤੀ ਗਈ ਸੀਗੀ। ਇਸ ਗੱਲ ਦਾ ਮਾਣ ਸਾਨੂੰ ਮਹਿਸੂਸ ਹੁੰਦਾ, ਲੇਕਿਨ CAA ਨੂੰ ਲੈ ਕੇ ਆਖਿਰਕਾਰ ਸਿਆਸਤ ਕੀ, ਇਸ ਉੱਤੇ ਪਾਵਾਂਗੇ। ਪਹਿਲਾਂ ਇਸ ਰਿਪੋਰਟ ਨੂੰ ਵੇਖ ਲੈਂਦੇ ਹਾਂ। ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਹੁਣ ਮੁਸਲਿਮ ਭਾਈਚਾਰਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲੋਂ ਅਗਵਾਈ ਚਾਹੁੰਦਾ ਹੈ। ਇਸੇ ਮੰਗ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇੱਕ ਮੰਗ ਪੱਤਰ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਤੇ ਸੌਂਪਿਆ, ਜਿਸ ਨੂੰ ਜਥੇਦਾਰ ਦੇ PA ਵੱਲੋਂ ਹਾਸਲ ਕੀਤਾ ਗਿਆ। ਮੰਗ ਪੱਤਰ ਸੌਂਪਣ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਦੇ ਵੱਲੋਂ ਗੁਰੂ ਘਰ ਦੇ ਵਿੱਚ ਨਮਾਜ਼ ਵੀ ਅਦਾ ਕੀਤੀ ਗਈ। ਇਸ ਦੌਰਾਨ CA ਨੂੰ ਦੇਸ਼ ਦੇ ਸੰਵਿਧਾਨ ਦੇ ਖਿਲਾਫ ਦੱਸਿਆ। ਤਰ੍ਹਾਂ ਅਕਾਲ ਤਖਤ ਸਾਹਿਬ ਉਦੋਂ ਤੋਂ ਲੈ ਕੇ ਅਜੇ ਤੱਕ ਪੂਰੇ ਸਿੱਖ ਭਾਈਚਾਰੇ ਦੀ ਹੀ ਨਹੀਂ, ਸਮੁੱਚੇ ਭਾਰਤੀ ਸਮਾਜ ਅਤੇ ਪੂਰੇ ਸੰਸਾਰ ਦੀ ਅਧਿਆਤਮਕ ਦੇ ਨਾਲ ਨਾਲ ਸਿਆਸੀ ਅਗਵਾਈ ਵੀ ਕਰਦਾ ਆ। ਜਿਸੇ ਤਰ੍ਹਾਂ ਅਸੀਂ ਜਾਣਦੇ ਹਾਂ ਕਿ BJP ਸਰਕਾਰ ਕਿਸ ਤਰ੍ਹਾਂ ਕਾਲੇ ਕਾਨੂੰਨ ਲੈ ਕੇ ਆ ਰਹੀ ਹੈ, ਉਹ ਕਾਨੂੰਨਾਂ ਦੇ ਖਿਲਾਫ ਅੱਜ ਅਸੀਂ ਇੱਕ ਇੱਥੇ ਮੰਗ ਪੱਤਰ ਲੈ ਕੇ ਆਏ ਹਾਂ ਔਰ ਅਕਾਲ ਤਖਤ ਸਾਹਿਬ ਦੇ ਵਿੱਚ ਹਜ਼ੂਰੀ ਦੇ ਲਈ ਇੱਕ ਬੇਨਤੀ ਕਰ ਰਹੇ ਹਾਂ ਕਿ ਉਹ ਸਾਡੀ ਸਿਆਸੀ ਅਗਵਾਈ ਕਰਨ ਕਿ ਕਿਸ ਤਰੀਕੇ ਨਾਲ ਇਹ ਕਾਲੇ ਕਾਨੂੰਨਾਂ ਨਾਲ ਨਿਪਟਿਆ ਜਾਵੇ, ਉਹ ਹੁਕਮਨਾਮਾ ਜਾਰੀ ਕਰਨ ਤਾਂ ਕਿ ਸਮੁੱਚੇ ਸਮਾਜ ਨੂੰ ਅਗਲੀ ਰਹਿਨਮਾਈ ਮਿਲ ਸਕੇ। ਉਧਰ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵਾਰੀ ਮੁੜ ਤੋਂ ਕਾਨੂੰਨ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। CA ਜਿਹੜਾ ਕਾਨੂੰਨ ਹੈ ਇਹਦੇ ਨਾਲ ਸਿੱਖਾਂ ਨੂੰ, ਖਾਸ ਤੌਰ 'ਤੇ ਅਫਗਾਨਿਸਤਾਨ ਦੇ ਜਿਹੜੇ ਸਿੱਖ ਬੈਠੇ ਹੈਗੇ ਆ ਦਿੱਲੀ ਦੇ ਵਿੱਚ, ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਨਾਗਰਿਕਤਾ ਨਹੀਂ ਮਿਲੀ, ਉਹਦੇ ਨਾਲ ਉਹਨਾਂ ਨੂੰ ਬੈਨੀਫਿਟ ਹੋਣੇ। ਔਰ ਸਾਡੀ ਨਾਲ ਇਹ ਵੀ ਮੰਗ ਹੈਗੀ ਹੈ ਕਿ ਇਹਦੇ ਵਿੱਚ ਸਾਰੀਆਂ ਹੀ ਮਜ਼ਹਬਾਂ ਧਰਮਾਂ ਨੂੰ ਸ਼ਾਮਿਲ ਕੀਤਾ ਜਾਏ, ਅਤੇ ਮੁਸਲਮਾਨ ਬਾਹਰ ਰੱਖੇ ਆ ਉਹ ਠੀਕ ਨਹੀਂ ਹੈ, ਉਹਨਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ। ਦੱਸਦੀਏ ਕਿ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਨੇ ਕਿ ਧਰਮ ਦੇ ਆਧਾਰ 'ਤੇ ਕਿਸੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ, ਪਰ ਹੁਣ ਸਵਾਲ ਹੈ ਕਿ ਕੀ ਉਹ ਇਸ ਮੰਗ ਪੱਤਰ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਹੋਣ ਵਾਲੇ ਮੁਜ਼ਾਹਰਿਆਂ ਦੀ ਅਗਵਾਈ ਲਈ ਅੱਗੇ ਆਉਣਗੇ। ਨਿਊਜ਼ ਡੈਸਕ ਰਿਪੋਰਟ, ਜਸ ਪੰਜਾਬੀ। ਤੋ ਤੁਸੀਂ ਵੇਖੀ ਹੈ ਰਿਪੋਰਟ, ਇਹਦੇ ਪਿੱਛੇ ਪੋਲੀਟਿਕਸ ਕੀ ਹੁਣ ਵਾਕਈ ਹੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਚਾਲ ਸੀਗੀ ਕਿ ਮੁਸਲਿਮ ਭਾਈਚਾਰੇ ਦੇ ਇਸ ਵਫਦ ਨੂੰ ਬਕਾਇਦਾ ਦਰਬਾਰ ਸਾਹਿਬ ਭੇਜਿਆ ਜਾਵੇ, ਚਿੱਠੀ ਜਿਹੜੀ ਲੈਟਰ ਬਕਾਇਦਾ ਤੌਰ ਦੇ ਉੱਤੇ ਜਿਹੜੀ ਹੈ ਇਸ ਮੁਸਲਿਮ ਭਾਈਚਾਰੇ ਵੱਲੋਂ ਦਿੱਤੀ ਜਾਵੇ। ਸਿਆਸੀ ਪੰਡਤਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ, ਯਾਨੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਨੂੰ ਅੱਗੇ ਕੀਤਾ ਜਾ ਰਿਹਾ ਹੈ, ਤਾਂ ਕਿ BJP ਨੂੰ ਵਿਖਾਇਆ ਜਾ ਸਕੇ ਕਿ ਮੁਸਲਿਮ ਭਾਈਚਾਰਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਖੜ੍ਹਾ। ਇਹ ਡਬਲ ਰਾਜਨੀਤੀ ਕਿਉਂ, ਕੀ ਇਹਦੇ ਪਿੱਛੇ ਕਾਰਨ, ਇਸ ਉੱਤੇ ਵਿਚਾਰ ਕਰਾਂਗੇ। ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ, ਬ੍ਰੇਕ ਤੋਂ ਬਾਅਦ ਤੁਸੀਂ ਆਪਣੇ ਪ੍ਰਤੀਕਰਮ ਵੀ ਇਸ ਮੰਚ ਦੇ ਉੱਤੇ ਸਾਂਝਾ ਕਰ ਸਕਦੇ ਹੋ। ਕੋਸ਼ਿਸ਼ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੂੰ ਵੀ ਇਸ ਮੰਚ ਦੇ ਉੱਤੇ ਲੈ ਕੇ ਆਵਾਂਗੇ, ਉਹ ਕੀ ਕੁਝ ਆਪਣੇ ਪ੍ਰਤੀਕਰਮ ਦੇਣਾ ਚਾਹੁੰਦੇ ਹਨ, ਇਸ ਉੱਤੇ ਵਿਚਾਰ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਹਿਲਾਂ ਗੱਲ ਹੋ ਰਹੀ ਸੀਗੀ CA ਦੀ, ਅਤੇ ਜਿੱਥੇ ਅਸੀਂ ਤੁਹਾਨੂੰ ਦੱਸ ਰਹੇ ਸੀਗੇ ਕਿ CA ਦੇ ਨਾਲ ਨਾਲ ਅਸੀਂ ਦੂਜਾ ਟੋਪਿਕ ਜਿਹੜਾ ਅੱਜ ਇਸ ਮੰਚ ਦੇ ਉੱਤੇ ਰੱਖਾਂਗੇ ਉਹ ਹੈ ਦਿੱਲੀ ਦੀ ਚੋਣਾਂ। ਜਦ ਦਿੱਲੀ ਦੀ ਚੋਣਾਂ ਦੀ ਗੱਲ ਕਰਦੇ ਹਾਂ ਤਾਂ ਹੁਣ ਬਿਗੁਲ ਜਿਹੜਾ ਸੀਗਾ ਬਹੁਤ ਪਹਿਲਾਂ ਵੱਜ ਚੁੱਕਿਆ ਸੀਗਾ ਔਰ 11 ਨੂੰ ਜਿਹੜੇ ਨੇ ਨਤੀਜੇ ਆਉਣੇ ਨੇ ਔਰ ਥੋੜ੍ਹੇ ਹੀ ਸਮੇਂ ਦੇ ਵਿੱਚ ਹੀ ਜਿਹੜੀ ਵੋਟਾਂ ਨੇ ਉਹ ਭੁਗਤਾਈਆਂ ਜਾਣਗੀਆਂ ਦਿੱਲੀ ਦੇ ਨਿਵਾਸੀਆਂ ਵੱਲੋਂ। ਆਮ ਆਦਮੀ ਪਾਰਟੀ ਅਤੇ BJP ਦਾ ਦਮ ਜਿਹੜਾ ਹੈਗਾ ਉਹ ਵੇਖਣ ਨੂੰ ਮਿਲੇਗਾ। ਕਾਂਗਰਸ ਵੀ ਰਿਵਾਈਵ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰ ਰਹੀ ਹੈ। ਮੈਂ ਥੋੜ੍ਹਾ ਜਿਹਾ ਦੱਸ ਦੇਵਾਂ ਦਿੱਲੀ ਦੀ ਚੋਣਾਂ ਦੇ ਬਾਰੇ, ਜਦ ਕਿ 2014 ਦੇ ਵਿੱਚ ਜਦ ਲੋਕ ਸਭਾ ਦੀ ਚੋਣਾਂ ਹੋਈਆਂ ਸਨ ਉਸੇ ਦੇ ਦਰਮਿਆਨ ਦਿੱਲੀ ਦੀ ਚੋਣਾਂ ਵੀ ਹੋਈਆਂ ਸਨ, ਜਿਹਦੇ ਵਿੱਚ ਪਹਿਲਾਂ ਕੇਜਰੀਵਾਲ ਸਰਕਾਰ ਕਾਂਗਰਸ ਦੇ ਨਾਲ ਰਲ ਕੇ ਬਣਾਉਂਦੇ ਹਨ ਕਿਉਂਕਿ ਉਹਨਾਂ ਨੂੰ ਪੂਰੀ ਸੀਟਾਂ ਨਹੀਂ ਮਿਲਦੀਆਂ। ਜਦ ਉਹ ਲਗਭਗ 50 ਦਿਨਾਂ ਦੀ ਸਰਕਾਰ ਚਲਾਉਂਦੇ ਹਨ ਤਾਂ ਉਸ 50 ਦਿਨਾਂ ਦੇ ਵਿੱਚ ਉਹਨਾਂ ਨੇ ਸਭ ਤੋਂ ਅਹਿਮ ਵਾਅਦੇ ਕੀਤੇ ਸੀਗੇ ਕਿ ਅਸੀਂ ਬਿਜਲੀ ਮੁਫਤ ਕਰਾਂਗੇ ਔਰ ਪਾਣੀ ਮੁਫਤ ਕਰਾਂਗੇ, ਜੋ ਕਿ ਉਹਨਾਂ ਨੇ 50 ਦਿਨਾਂ ਦੀ ਸਰਕਾਰ ਦੇ ਵਿੱਚ ਕਰਕੇ ਵੀ ਵਿਖਾਇਆ, ਲੇਕਿਨ ਉਹਨਾਂ ਦੀ ਕਾਂਗਰਸ ਦੇ ਨਾਲ ਦਾਲ ਨਹੀਂ ਗਲੀ, ਜਿਸ ਕਰਕੇ ਸਰਕਾਰ ਜਿਹੜੀ ਹੈਗੀ ਹੈ ਉਹ ਗਿਰ ਗਈ ਅਤੇ ਵਾਪਸ ਉਹਨਾਂ ਨੂੰ ਆਪਣੀ ਜਿਹੜੀ CM ਦੀ ਕੁਰਸੀ ਸੀਗੀ ਉਹ ਦੇਣੀ ਪਈ। ਉਸ ਤੋਂ ਬਾਅਦ ਮੁੜ ਤੋਂ ਚੋਣਾਂ ਹੁੰਦੀਆਂ ਹਨ ਦਿੱਲੀ ਦੇ ਵਿੱਚ, ਅਤੇ ਨਾਲ ਹੀ 2015 ਦੇ ਵਿੱਚ ਅਰਵਿੰਦ ਕੇਜਰੀਵਾਲ ਮੁੜ ਤੋਂ ਮੈਦਾਨ ਦੇ ਵਿੱਚ ਉਤਰਦੇ ਹਨ ਆਪਣੇ 70 ਸਿਪਾਹੀਆਂ ਦੇ ਨਾਲ, ਅਤੇ ਉੱਥੇ ਕਾਂਗਰਸ ਵੀ ਅਤੇ ਨਾਲ BJP ਵੀ ਮੈਦਾਨ ਦੇ ਵਿੱਚ ਉਤਰਦੀ ਹੈ। 2015 ਦੇ ਵਿੱਚ ਕਵਾਇਦ ਸ਼ੁਰੂ ਹੁੰਦੀ ਹੈ ਕਿ ਅਰਵਿੰਦ ਕੇਜਰੀਵਾਲ ਪਿਛਲੀ ਵਾਰ ਤੋਂ ਵੀ ਘੱਟ
ਸੀਟਾਂ ਲੈ ਕੇ ਜਾਣਗੇ। ਲੇਕਿਨ ਕਿਸ ਤਰੀਕੇ ਦੀ ਹਵਾ ਦਿੱਲੀ ਦੇ ਵਿੱਚ ਚੱਲਦੀ ਹੈ ਤਾਂ ਅਰਵਿੰਦ ਕੇਜਰੀਵਾਲ 67 ਸੀਟਸ ਲੈ ਕੇ ਜਾਂਦੇ ਹਨ, 3 ਸੀਟਾਂ ਬੀਜੇਪੀ ਦੇ ਖਾਤੇ ਦੇ ਵਿੱਚ ਆਉਂਦੀ ਹੈ ਔਰ ਬੜੀ ਜਿੱਤ ਦੇ ਨਾਲ ਅਰਵਿੰਦ ਕੇਜਰੀਵਾਲ ਆਪਣੀ ਸਰਕਾਰ ਬਣਾਉਂਦੇ ਹਨ। ਉਹ ਸਭ ਤੋਂ ਅਹਿਮ ਵਾਅਦੇ ਕਰਦੇ ਹਨ ਕਿ ਬਿਜਲੀ ਜਿਹੜੀ ਹੈ ਮੁਫਤ ਕੀਤੀ ਜਾਏਗੀ, ਪਾਣੀ ਜਿਹੜਾ ਉਹ ਵੀ ਮੁਫਤ ਕੀਤਾ ਜਾਵੇਗਾ, ਮੈਡੀਕਲ ਦੀ ਸਰਵਿਸਿਜ਼ ਜਿਹੜੀ ਹੈ, ਸੁਵਿਧਾ ਜਿਹੜੀ ਹੈ ਉਹਦੇ ਵਿੱਚ ਵਾਅਦਾ ਕਰਨਗੇ, ਟਰਾਂਸਪੋਰਟੇਸ਼ਨ ਸਿਸਟਮ ਨੂੰ ਸਟਰੋਂਗ ਕਰਨਗੇ। ਆਹ ਜਿਹੜੇ ਸਭ ਤੋਂ ਅਹਿਮ ਵਾਅਦੇ ਸੀਗੇ ਉਹਨਾਂ ਵੱਲੋਂ ਕੀਤੇ ਜਾਂਦੇ ਨੇ। ਜਦ 2015 ਦੇ ਵਿੱਚ ਉਹ ਆਪਣੀ ਸਰਕਾਰ ਦਾ ਕੰਮ ਕਰਨਾ ਸ਼ੁਰੂ ਕਰਦੇ ਹਨ ਤਾਂ ਇੱਕ ਪਾਸੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤਾਂ ਉੱਥੇ ਹੀ ਦੂਜੇ ਪਾਸੇ ਕੇਂਦਰ ਦੇ ਵਿੱਚ ਬੀਜੇਪੀ, ਦੋਵੇਂ ਕਲੈਸ਼ ਹੁੰਦੇ ਹਨ ਅਤੇ ਪੁਲਿਸ ਜਿਹੜੀ ਹੈਗੀ ਹੈ, ਵਿਜੀਲੈਂਸ ਡਿਪਾਰਟਮੈਂਟ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਦੇ ਕੋਲ ਹੁੰਦਾ ਜਦ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ। ਅਤੇ ਇਸ ਕਰਕੇ ਕਈ ਸਾਰੇ ਡਿਪਾਰਟਮੈਂਟ ਸੈਂਟਰਲ ਗਵਰਨਮੈਂਟ ਦੇ ਕੋਲ ਨੇ ਅਤੇ ਅਰਵਿੰਦ ਕੇਜਰੀਵਾਲ ਜੋ ਕੰਮ ਕਰਨਾ ਚਾਹੁੰਦੇ ਸੀ ਉਹ ਕੰਮ, ਕਿਉਂਕਿ ਕੇਂਦਰ ਦੀ ਦਖਲ ਅੰਦਾਜ਼ੀ ਹੁੰਦੀ ਸੀਗੀ ਅਤੇ ਉਹ ਕੰਮ ਨਹੀਂ ਕਰ ਪਾਉਂਦੇ ਸੀਗੇ, ਜਿਸ ਕਰਕੇ ਉਹਨਾਂ ਨੇ ਇਹ ਗੱਲ ਜਨਤਾ ਦੇ ਦਰਬਾਰ ਦੇ ਵਿੱਚ ਵੀ ਜਾ ਕੇ ਕਹੀ ਲੇਕਿਨ ਉਹਨਾਂ ਨੇ ਨਹੀਂ ਸੁਣੀ ਗਈ। ਤਾਂ ਅਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਦੇ ਵਿੱਚ ਕੇਸ ਕਰਦੇ ਹਨ, ਕੇਸ ਉਹਨਾਂ ਨੂੰ ਮਦਦ ਕਰਦਾ ਹੈ, ਕੇਸ ਉਹ ਜਿੱਤਦੇ ਹਨ ਔਰ ਸੁਪਰੀਮ ਕੋਰਟ ਉਹਨਾਂ ਨੂੰ ਇਜਾਜ਼ਤ ਦਿੰਦਾ ਕਿ ਅਰਵਿੰਦ ਕੇਜਰੀਵਾਲ ਦੇ ਕੋਲ ਇਹ ਪਾਵਰ ਸਨ, ਇਹਨਾਂ ਦੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਨਾ ਕੀਤੀ ਜਾਏ। ਉਸ ਤੋਂ ਬਾਅਦ ਮੈਡੀਕਲ, ਐਜੂਕੇਸ਼ਨ ਸੈਕਟਰ ਅਤੇ ਬਿਜਲੀ ਅਤੇ ਪਾਣੀ ਦੇ ਬਿੱਲਾਂ ਦੇ ਵਿੱਚ ਲੋਕਾਂ ਨੇ ਵਾਕਿਆ ਹੀ ਵੇਖਿਆ ਕਿ ਸਾਡਾ ਕੰਮ ਹੋਇਆ। ਉੱਥੇ ਹੀ ਬੀਜੇਪੀ ਘੇਰਦੀ ਹੋਈ ਨਜ਼ਰ ਆਉਂਦੀ ਹੈ ਕਿ ਇਹ ਅਰਵਿੰਦ ਕੇਜਰੀਵਾਲ ਝੂਠ ਦਾ ਪੁਲੰਦਾ, ਇਹ ਕੋਈ ਵੀ ਕੰਮ ਨਹੀਂ ਕਰ ਸਕਦਾ, ਕੇਜਰੀਵਾਲ ਯੂ ਟਰਨ ਲੈਣ ਤੋਂ ਇਲਾਵਾ ਕੋਈ ਹੋਰ ਟਰਨ ਨਹੀਂ ਲੈ ਸਕਦਾ। ਪਰ ਜਨਤਾ ਨੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਕੇਜਰੀਵਾਲ ਤੁਸੀਂ ਕੰਮ ਕਰੋ, ਅਸੀਂ ਤੁਹਾਡੇ ਨਾਲ ਹਾਂ। ਬੀਜੇਪੀ ਨੇ ਵੀ ਵੱਡੇ ਪੱਧਰ 'ਤੇ ਰੈਲੀਆਂ ਕੀਤੀ, ਉਹਨਾਂ ਨੇ ਹਜੇ ਤੱਕ ਆਪਣਾ ਕੋਈ CM ਕੈਂਡੀਡੇਟ ਨਹੀਂ ਐਲਾਨਿਆ ਸੀਗਾ, ਲੇਕਿਨ ਮਨੋਜ ਤਿਵਾਰੀ ਜਿਹੜੇ ਪੇਸ਼ੇ ਤੋਂ ਉਹ ਪਹਿਲਾਂ ਸਿੰਗਰ ਸੀਗੇ, ਐਕਟਰ ਸੀਗੇ, ਭੋਜਪੁਰੀ ਫਿਲਮਾਂ ਉਹ ਕਰਦੇ ਸੀਗੇ, ਪੂਰਵਾਂਚਲੀ ਹਨ, ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਲੇਕਿਨ ਉਹਨਾਂ ਨੂੰ CM ਕੈਂਡੀਡੇਟ ਨਹੀਂ ਐਲਾਨਿਆ ਗਿਆ। ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਅਤੇ ਦਿੱਲੀ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਵੱਡੇ ਪੱਧਰ 'ਤੇ ਰੈਲੀਆਂ ਕਰਦੇ ਹਨ ਔਰ ਅਰਵਿੰਦ ਕੇਜਰੀਵਾਲ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਹਨ। ਜਿੱਥੇ ਨਰਿੰਦਰ ਮੋਦੀ ਆਪਣੇ ਕੰਮਕਾਜ, ਆਪਣੇ ਕੀਤੇ ਹੋਏ ਵੱਡੇ ਡਿਸੀਜਨਸ ਦਿੱਲੀ ਦੇ ਲੋਕਾਂ ਨੂੰ ਦੱਸਦੇ ਹਨ, ਉੱਥੇ ਹੀ ਅਰਵਿੰਦ ਕੇਜਰੀਵਾਲ ਘੱਟ ਹੋਏ ਪਾਣੀ ਦੇ ਬਿੱਲ ਅਤੇ ਬਿਜਲੀ ਦੇ ਬਿੱਲ, ਟਰਾਂਸਪੋਰਟੇਸ਼ਨ ਸਿਸਟਮ, ਮੈਡੀਕਲ ਸੁਵਿਧਾਵਾਂ, ਦਿੱਲੀ ਦੇ ਨਾਲ ਲੱਗਦੀਆਂ ਸਟੇਟਾਂ ਵੀ ਇਹ ਕੰਮ ਅਰਵਿੰਦ ਕੇਜਰੀਵਾਲ ਕਹਿੰਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਕਰ ਪਾਉਣਗੀਆਂ, ਭਾਵੇਂ ਉਹ UP ਹੋਵੇ, ਭਾਵੇਂ ਉਹ ਹਰਿਆਣਾ ਹੋਵੇ, ਭਾਵੇਂ ਉਹ ਪੰਜਾਬ ਹੋਵੇ। ਉਹਨਾਂ ਨੇ ਚੈਲੰਜ ਕੀਤਾ ਕਿ ਜੇਕਰ ਮੇਰੇ ਇਹ ਗੁਆਂਢੀ ਸੂਬੇ ਜੋ ਕੰਮ ਮੈਂ ਦਿੱਲੀ ਦੇ ਵਿੱਚ ਕੀਤਾ, ਅਗਰ ਉਹਨਾਂ ਦੇ ਚੀਫ ਮਿਨਿਸਟਰ ਜਾਂ ਫਿਰ BJP ਸ਼ਾਸਿਤ ਜਿਹੜੇ ਸੂਬੇ ਨੇ ਅਗਰ ਉਹ ਇਹ ਕੰਮ ਕਰਕੇ ਵਿਖਾ ਦੇਣ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਲੇਕਿਨ ਜਿੱਥੇ ਇੱਕ ਪਾਸੇ BJP ਆਪਣੀ 70 ਵਿੱਚੋਂ 45 ਸੀਟਾਂ ਕਹਿ ਰਹੀ ਹੈ ਕਿ ਸਾਡੀ ਆਉਣ ਵਾਲੀਆਂ ਹਨ, ਤਾਂ ਉੱਥੇ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਅਸੀਂ ਇਸ ਵਾਰ ਨੌਕਆਊਟ ਕਰਾਂਗੇ, 70 ਦੇ ਵਿੱਚ 70 ਸੀਟਾਂ ਲੈ ਕੇ ਜਾਵਾਂਗੇ, ਅਤੇ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਰਿਵਾਈਵ ਕਰਾਂਗੇ। ਕਾਂਗਰਸ ਇਹ ਨਹੀਂ ਕਹਿ ਰਹੀ ਕਿ ਅਸੀਂ ਸਰਕਾਰ ਬਣਾਵਾਂਗੇ, ਪਰ
दिल्ली की जनता हुण सी एम की कुर्सी के उत्ते किन्नी बिठाउंदी है, यह दो या तीन दिनों दे विच नतीजे आ जाएंगे। लेकिन सवाल वड्डा इत्थे यह बनता कि दिल्ली की जित अगर अरविंद केजरीवाल की होंदी है कि जिस तरीके का रिपोर्ट कार्ड अरविंद केजरीवाल ने पांच साल बाद वख वख टीवी स्टेशनों के उत्ते जारी किया कि इहदा प्रभाव आने वाले समय दे विच पंजाब दे विच पै सकदा, ते नाल ही यह भी रिपोर्ट जेकर मैं आम आदमी पार्टी नूं पंजाब दे नाल जोड़ के वेखा, खबर यह भी सामने आ रही है या फिर सूत्रां दे हवाले तो सियासी पंडतां तो यह भी सुनन नूं मिल रहा कि नवजोत सिंह सिद्धू आखिरकार चुप क्यों। नवजोत सिंह सिद्धू की आम आदमी पार्टी शामिल, आम आदमी पार्टी दे विच शामिल हो सकते हैं या फिर वो इस करके चुप हैं क्योंकि हाई कमान वालों उन्होंने बकायदा ऑर्डर आए हैं कि साइलेंस इज़ द की फॉर अचीविंग योर गोल, कि वो इस सिद्धांत के उत्ते चल रहे हैं। पर जे 11 फरवरी नू मुड़ तो अरविंद केजरीवाल जितते हैं उदा की प्रभाव पएगा हरियाणा अते पंजाब दे विच, कि मुड़ तो 2022 दे विच जद पंजाब दे विच चोणां होणगियां तां अरविंद केजरीवाल भगवंत मान दे नाल रल के नवजोत सिंह सिद्धू नूं मना सकदे हन, और की नवजोत सिंह सिद्धू आम आदमी पार्टी दा चेहरा बन के मैदान दे विच उतरणगे या फिर कांग्रेस उन्हां नूं चोणां तो पहलां डिप्टी सीएम दा दर्जा और ऐ अहुदा दे के आम आदमी पार्टी दे विच ना जाण दे लई ओह मजबूर कर देण। किस्सा कुर्सी दा है, तुहानू की लगता है? तुसीं कॉल करके अपनी राय भी मेरे नाल रख सकते हो। मिलदे हां ब्रेक तो बाद। ब्रेक तो बाद स्वागत है जी। हुण समां तुहाडी कॉल्स लैण दा, कॉलरस मेरे नाल जुड़े हुए हैं और सुन लैंदे हां कि साडे कॉलरस सानू की कुछ अपने विचार जिहड़े ने ओह इस मंच दे उत्ते रखना चाहुंदे हन। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਹਰਕੀਰਤ ਜੀ, ਮੈਂ ਗੁਰਦੀਪ ਸਿੰਘ ਸੰਧਰ ਓਕਲਾਹੋਮਾ ਦੇ ਟਲਸਾ ਸ਼ਹਿਰ ਤੋਂ ਬੋਲਦਾ ਜੀ। ਸਤਿ ਸ਼੍ਰੀ ਅਕਾਲ ਗੁਰਦੀਪ ਸਿੰਘ ਜੀ, ਠੀਕ ਹੋ? ਹਾਂਜੀ ਬਿਲਕੁਲ। ਕੀ ਵਿਚਾਰ ਰੱਖਣਾ ਚਾਹੋਗੇ? ਇਹਨਾਂ ਨੇ ਜਿੰਨੀਆਂ ਵੀ ਇਹ ਸ਼੍ਰੋਮਣੀ ਅਕਾਲੀ ਦਲ, ਟਕਸਾਲੀ ਅਕਾਲੀ, ਦਿੱਲੀ ਵਾਲੇ ਅਕਾਲੀ, ਇਹ ਜਿੰਨੇ ਵੀ ਆ, ਇਹਨਾਂ ਨੇ ਕੰਮ ਨੂੰ ਨਹੀਂ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਵਾਲਿਆਂ ਨੂੰ ਸਹਿਯੋਗ ਦੇ ਕੇ ਪੰਜਾਬ ਵਾਸੀਆਂ ਨੂੰ ਨਿਰਾਸ਼ ਕੀਤਾ ਜੀ। ਪੰਜਾਬ ਦੇ ਲੋਕ ਕੇਜਰੀਵਾਲ ਦੇ ਕੰਮਾਂ ਨੂੰ ਸ਼ਲਾਘਾ ਕਰਦੇ ਆ ਜੀ, ਪਰ ਸਾਰੇ ਹੀ ਅਕਾਲੀ ਦਲਾਂ ਨੇ ਲੋਕਾਂ ਦੇ ਖਿਲਾਫ਼, ਲੋਕਾਂ ਦੇ ਖਿਲਾਫ਼ ਫੈਸਲਾ ਲਿਆ। ਇਹਨਾਂ ਨੇ ਸਿੱਧ ਕਰਤਾ ਕਿ ਇਹ ਸਾਰੇ ਹੀ ਅਕਾਲੀ ਦਲ ਕੰਮ ਨੂੰ ਤਰਜੀਹ ਨਹੀਂ ਦੇਣਗੇ। ਇਹਨਾਂ ਦੀ ਸਿਆਸਤ ਵੀ ਵੋਟਾਂ ਦੀ ਸਿਆਸਤ ਹੈ ਜਾਂ ਆਪਣੇ ਨਿੱਜੀ ਫਾਇਦਿਆਂ ਦੀ ਸਿਆਸਤ ਹੈ, ਇਹ ਕੰਮ ਪ੍ਰਤੀ ਬਿਲਕੁਲ ਸਮਰਪਿਤ ਨਹੀਂ। ਇਹਨਾਂ ਸਾਰਿਆਂ ਅਕਾਲੀ ਦਲਾਂ ਨੇ ਕੋਈ ਕੰਮ ਨਹੀਂ ਕਰਨਾ, ਲੋਕੋ ਇਹਨਾਂ ਨੂੰ ਵੋਟ ਬਿਲਕੁਲ ਮਤ ਦੇਣਾ। ਕੋਈ ਸਿੱਧੂ ਦੇ ਨਾਲ ਚੱਲਣਾ, ਉਹ ਸੱਚ ਦਾ ਬੰਦਾ ਆ, ਉਹਦੇ ਨਾਲ ਚੱਲਣਾ ਪਏਗਾ। ਇਹਨਾਂ ਦੀ ਨੀਅਤ ਸਾਫ਼ ਹੋ ਗਈ ਸਾਰੇ ਅਕਾਲੀ ਦਲਾਂ ਦੀ, ਇਹਨਾਂ ਨੇ ਸਾਡੇ ਪੰਜਾਬੀਆਂ ਨੂੰ ਕੁਛ ਨਹੀਂ ਦੇਣਾ। ਗੁਰਦੀਪ ਜੀ, ਤੁਹਾਨੂੰ ਲੱਗਦਾ ਕਿ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 2016 ਦੇ ਵਿੱਚ ਗਲਤੀ ਹੋ ਗਈ, ਕੇਜਰੀਵਾਲ ਦੇ ਨਾਲ ਜਿਹੜਾ ਵਤੀਰਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਕੀਤਾ ਗਿਆ, ਪੰਜਾਬ ਦੇ ਵਸਨੀਕਾਂ ਨੂੰ ਸਪੋਰਟ ਕਰਨੀ ਚਾਹੀਦੀ ਸੀਗੀ ਕਿਉਂਕਿ ਜੋ ਕੰਮ ਦਿੱਲੀ ਦੇ ਵਿੱਚ ਹੋਏ ਅਗਰ ਕੇਜਰੀਵਾਲ ਪੰਜਾਬ ਦੇ ਵਿੱਚ ਅੱਜ ਹੁੰਦਾ ਤਾਂ ਉਹ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲਦਾ। ਕੇਜਰੀਵਾਲ ਵੀ ਤਾਂ ਰੌਲਾ ਪਾਉਂਦਾ ਵੀ ਤੁਸੀਂ ਆਪਣਾ ਚਿਹਰਾ ਨੀ ਸ਼ੋਅ ਕੀਤਾ, ਉਦੋਂ ਇਹਨਾਂ ਨੇ ਵੀ ਇਹ ਗਲਤੀ ਕੀਤੀ ਸੀ, ਇਸ ਕਰਕੇ ਅੱਧਾ ਅੱਧਾ 50-50 ਸੀਗਾ। ਪਰ ਹੁਣ ਲੋਕੀ ਸਮਝ ਗਏ ਆ ਕਿ ਕੇਜਰੀਵਾਲ ਵਰਗੀ ਹੀ ਸਰਕਾਰ ਆਉਣੀ ਚਾਹੀਦੀ ਆ ਜਿਹੜੀ ਕਿ ਕੰਮ ਨੂੰ ਤਰਜੀਹ ਦੇ। ਇਹ ਹੌਲੀ ਹੌਲੀ ਕੇਜਰੀਵਾਲ ਨੇ ਬਹੁਤ ਅੱਛਾ ਇਹ ਦੁਨੀਆਂ ਦੇ ਉੱਤੇ ਇੱਕ ਪ੍ਰਭਾਵ ਛੱਡਣਾ ਆ। ਜੇ ਜਿੱਤ ਜਾਏ ਨਾ, ਮੈਂ ਤੇ ਵਾਹਿਗੁਰੂ ਅੱਗੇ ਅਰਦਾਸ ਕਰਾਂਗਾ ਕਿ ਕੇਜਰੀਵਾਲ ਜਿੱਤੇ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਨਵੀਂ ਪਿਰਤ ਦਾ ਪੈਣਾ ਸ਼ੁਰੂ ਹੋ ਜਾਏਗਾ। ਥੈਂਕ ਯੂ ਹਰਕੀਰਤ ਜੀ। ਮਿਹਰਬਾਨੀ ਗੁਰਦੀਪ ਜੀ ਤੁਹਾਡੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖੇ, ਤੇ ਜਿਵੇਂ ਸਾਨੂੰ ਸਾਡੇ ਦਰਸ਼ਕ ਦੱਸ ਰਹੇ ਨੇ ਕਿ ਜੇਕਰ ਕੇਜਰੀਵਾਲ
ਆਉਂਦੇ ਹਨ ਸੱਤਾ ਦੇ ਵਿੱਚ ਦਿੱਲੀ ਦੇ ਵਿੱਚ, ਤਾਂ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਮੁੜ ਤੋਂ ਅਗਰ ਕੇਜਰੀਵਾਲ ਪੰਜਾਬ ਦੇ ਚੋਣਾਂ ਦੇ ਵਿੱਚ ਮੈਦਾਨ ਦੇ ਵਿੱਚ ਉਤਰਦੇ ਹਨ, ਅਗਰ ਉਹ ਸੀਐਮ ਕੈਂਡੀਡੇਟ ਦਾ ਚਿਹਰਾ ਸਾਫ਼ ਕਰ ਦਿੰਦੇ ਹਨ ਤਾਂ ਕਿੱਥੇ ਨਾ ਕਿੱਥੇ ਉਹਨਾਂ ਨੂੰ ਮਦਦ ਮਿਲ ਸਕਦੀ ਹੈ ਪੰਜਾਬ ਦੇ ਵਿੱਚ। ਲੇਕਿਨ ਵੱਡਾ ਸਵਾਲ ਇੱਥੇ ਇਹ ਬਣਦਾ ਕਿ ਅਗਰ ਸੀਐਮ ਕੈਂਡੀਡੇਟ ਐਲਾਨਿਆ ਜਾਵੇ ਤਾਂ ਕਿਹੜਾ ਐਲਾਨਿਆ ਜਾਵੇ, ਇਹ ਇੱਕ ਵੱਡਾ ਸਵਾਲ ਬਣਦਾ ਕਿ ਕੌਣ ਮੈਦਾਨ ਦੇ ਵਿੱਚ ਉਤਰੇ ਔਰ ਆਮ ਆਦਮੀ ਪਾਰਟੀ ਨੂੰ ਰੀਪ੍ਰਜੈਂਟ ਕੌਣ ਕਰ ਸਕਦਾ ਔਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕੌਣ ਹੋ ਸਕਦਾ, ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਕਿਹੜੀ ਬਣ ਕੇ 2022 ਦੇ ਵਿੱਚ ਆ ਸਕਦੀ ਹੈ, ਇਹ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਹੈਗਾ। ਔਰ ਸਭ ਤੋਂ ਅਹਿਮ ਗੱਲ ਅਗਰ ਇਸ ਮਸਲੇ ਦੀ ਕੀਤੀ ਜਾਵੇ ਤਾਂ ਕਿਹੜੀ ਪਾਰਟੀ ਜਿਹੜੀ ਹੈ ਉਹ ਹੋਣ ਦੇ ਵਿੱਚ ਆ ਸਕਦੀ ਹੈ 2022 ਦੇ ਵਿੱਚ ਪੰਜਾਬ ਦੇ ਵਿੱਚ, ਕਿਉਂਕਿ ਜਿਸ ਤਰੀਕੇ ਦਾ ਕੰਮ ਕੀਤਾ ਗਿਆ। ਮੇਰੇ ਨਾਲ ਹੋਰ ਵੀ ਕਾਲਰਸ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਅਖੀਰ ਜੀ, ਕੀ ਹਾਲ ਆ? ਵਧੀਆ, ਤੁਸੀਂ ਸੁਣਾਓ, ਚੜ੍ਹਦੀ ਕਲਾ, ਤੁਸੀਂ ਸੁਣਾਓ ਕਿੱਦਾਂ? ਚੜ੍ਹਦੀ ਕਲਾ, ਮੇਰਾ ਤਾਂ ਇੱਕ ਸਵਾਲ ਆ, ਪਹਿਲਾਂ ਤਾਂ ਇੱਕ ਤੁਸੀਂ ਇਹ ਦੱਸੋ ਜਿਹੜਾ ਸ਼ਾਇਨੀ ਬਾਗ 'ਚ ਜਿਹੜਾ ਲੰਗਰ ਲਾਇਆ, ਕਿਹੜੀ ਸੰਸਥਾ ਸਿੱਖਾਂ ਦੀ? ਉਹ ਵੱਖ ਵੱਖ ਸੰਸਥਾ ਵੱਲੋਂ ਲਾਇਆ ਗਿਆ ਜੀ, ਉੱਥੇ ਦਿੱਲੀ ਦੀ ਇੱਕ ਗੁਰਦੁਆਰਾ ਕਮੇਟੀ ਨੂੰ ਤਾਂ ਲਾਉਣ ਨਹੀਂ ਦਿੰਦੇ ਹੋਣੇ ਨਾ ਉਹ? ਨਹੀਂ, ਗੁਰਦੁਆਰਾ ਕਮੇਟੀ ਨੇ ਨਹੀਂ ਲਾਇਆ ਜੀ, ਕਿਉਂਕਿ ਵੱਡੀ ਗੱਲ ਇੱਥੇ ਗੁਰਦੁਆਰਾ ਕਮੇਟੀ ਦੀ ਬਣਦੀ ਹੈ, ਕਿਉਂਕਿ ਉਹ ਬੀਜੇਪੀ ਦੇ ਅਗੇਂਸਟ ਲੱਗਿਆ ਹੋਇਆ, ਸਰਕਾਰ ਦੇ ਅਗੇਂਸਟ ਹੈ। ਔਰ ਤੁਹਾਨੂੰ ਪਤਾ ਕਿ ਉੱਥੇ ਚਾਹੀਦਾ, ਇਹਨਾਂ ਨੂੰ ਕਮੇਟੀ ਨੂੰ ਚਾਹੀਦਾ ਗੁਰਦੁਆਰਾ ਪ੍ਰਬੰਧਕ। ਮੈਂ ਕਈ ਵਾਰ ਫੋਨ ਕਰਕੇ ਸਿਰਸਾ ਜੀ ਨੂੰ ਇਹ ਸਵਾਲ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੈਂ ਇਸ ਪੋਲਿਟਿਕਸ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਸਿਰਸਾ ਜਾ ਕਮਲ ਦੇ ਫੁੱਲ ਤੇ ਜਿੱਤਿਆ, ਉੱਥੋਂ ਗਏ ਕਿੱਧਰ ਕਿੱਧਰ ਨੂੰ ਜਾਂਦਾ, ਨਾ ਅਕਾਲੀਆਂ 'ਚ ਨਾ ਬੀਜੇਪੀ 'ਚ, ਕੀ ਇਹ ਕਿੱਥੇ ਖੜਾ ਹੁੰਦਾ? ਪਹਿਲਾਂ ਤਾਂ ਭੁੰਦੜ ਨੇ ਜਵਾਬ ਦੇ ਉੱਥੇ ਸਵਾਲ ਕੀਤਾ, 8:30 ਮਤਲਬ ਕੈਂਡੀਡੇਟ ਹੋਣਗੇ, 3 ਘੰਟਿਆਂ ਬਾਅਦ ਸਿਰਸੇ ਦਾ ਬਿਆਨ ਆ ਗਿਆ ਸਾਡੇ ਇਲੈਕਸ਼ਨ ਬਾਈਕਾਟ ਕਰ ਰਹੇ ਆ। ਜੀ ਜੀ ਜੀ, ਮੈਂ ਇਹ ਗੱਲ ਤੁਹਾਨੂੰ ਦੱਸੀ ਸੀ ਕਿ ਉਹਨਾਂ ਨੇ ਕਿਹਾ ਕਿ ਸਾਡਾ ਸਟੈਂਡ ਕਲੀਅਰ ਅਸੀਂ ਕਰਨਾ ਕਿ ਅਸੀਂ CAA ਦੇ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਹਾਂ, ਪਰ ਸਵਾਲ ਇੱਥੇ ਵੱਡਾ ਇਹ ਬਣਦਾ ਕਿ ਜਿੱਥੇ ਹੋਰ ਸਾਰੀਆਂ ਸੰਸਥਾਵਾਂ ਜਾ ਕੇ ਸ਼ਾਹੀਨ ਬਾਗ ਦੇ ਵਿੱਚ ਲੰਗਰ ਲਾ ਰਹੀਆਂ ਹਨ, ਉਹਨਾਂ ਭਾਈਚਾਰੇ ਨੂੰ ਮਦਦ ਪਹੁੰਚਾ ਰਹੀਆਂ ਹਨ, ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੱਛੇ ਕਿਉਂ? ਹੁਣ ਜਿਹੜਾ ਇੱਕ ਮੁਸਲਿਮ ਭਾਈਚਾਰਾ ਆ ਗਿਆ, ਇਹਨਾਂ ਦਾ ਇੱਕ ਜਥਾ ਇੱਥੇ ਆ ਗਿਆ ਦਰਬਾਰ ਸਾਹਿਬ ਜੀ ਜੀ, ਤੇ ਇਹਨੂੰ ਆਪਣੇ ਹਰਪ੍ਰੀਤ ਨਾਲ ਉਹਨਾਂ ਨੂੰ ਦਿੱਤਾ ਮੈਮੋਰੈਂਡਮ ਜੀ ਜੀ, ਕਿ ਇਹ ਹਰਪ੍ਰੀਤ ਉਹਨਾਂ ਦੇ ਅਕਾਲੀਆਂ ਦੇ ਖਿਲਾਫ ਜਾ ਕੇ ਮਦਦ ਕਰ ਸਕਦਾ ਉਹਨਾਂ ਦੀ। ਹੁਣ ਤੁਸੀਂ ਇਹ ਦੇਖੋ ਨਾ, ਸਵਾਲ ਤਾਂ ਵੱਡਾ ਇਹੀ ਬਣਦਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਅੱਗੇ ਕਿਉਂ ਰੱਖਿਆ ਜਾ ਰਿਹਾ, ਔਰ ਹੁਣ ਇਹ ਕੀ ਵਿਖਾਉਣ ਦੀ ਕੋਸ਼ਿਸ਼ ਹੈ ਕਿ ਅਕਾਲ ਤਖਤ ਸਾਹਿਬ ਦੇ ਵਿੱਚ ਮੁਸਲਿਮ ਭਾਈਚਾਰਾ ਪਹੁੰਚਦਾ? ਆਪਣੇ ਜਥੇਦਾਰ ਨੂੰ ਦੁਬਦਾ ਚ ਪਾ ਰਿਹਾ ਆ ਇਹ ਹੁਣ ਪਤਾ ਨਹੀਂ। ਜੀ 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 ਜੀ, ਜਥੇਦਾਰ ਦਾ ਵੀ ਬਿਆਨ ਜਿਹੜਾ ਹੈਗਾ ਖੁੱਲ ਕੇ ਸਾਹਮਣੇ ਨਹੀਂ ਆਇਆ, ਤੁਸੀਂ ਵੇਖਿਆ। ਬਾਕੀ ਹੁਣ ਇੱਕ ਰੱਖਿਓ, ਦਿੱਲੀ ਚੋਣਾਂ ਦੀ ਜਿਹੜੀ ਗੱਲ ਆ ਨਾ ਜੀ ਜੀ ਜੀ, ਇਹਦੇ ਵਿੱਚ ਕੇਜਰੀਵਾਲ ਜਿੱਤ ਗਿਆ ਤਾਂ ਥੋੜਾ ਜਿਹਾ ਪੰਜਾਬ ਤੇ ਅਸਰ ਪਊਗਾ, ਪਰ ਪੰਜਾਬ ਦੇ ਜਿਹੜੇ ਹੈਗੇ ਆ ਆਮ ਆਦਮੀ ਦੇ ਬੰਦੇ, ਇਹਨਾਂ ਨੂੰ ਹੁਣ ਸਮਝਣਾ ਚਾਹੀਦਾ ਅੱਛਾ ਕੀ ਹੋਇਆ ਅੱਗੇ ਨਾਲ। ਆਇਆ ਤਾਂ ਇੱਥੇ ਵੀ ਅੱਗੇ ਬਣ ਜਾਣੀ ਸੀ ਪਾਰਟੀ ਇਹਨਾਂ ਦੀ, ਪਰ ਇਹਨਾਂ ਦੀ ਜਿਹੜੀ CM ਦੀ ਕੁਰਸੀ ਆ ਉਹ ਨਹੀਂ ਲੈ ਬੈਠੀ ਇੱਕ ਦੂਜੇ। ਤੁਹਾਨੂੰ ਲੱਗਦਾ ਕਿ ਜੇ ਅਗਰ ਹੁਣ ਲੱਗਦਾ ਤਾਂ ਨਹੀਂ ਵੈਸੇ, ਲੇਕਿਨ ਸਿਆਸੀ ਪੰਡਤਾਂ ਵੱਲੋਂ, ਸਿਆਸੀ ਮਾਹਿਰਾਂ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਜੁਆਇਨ 2022 ਦੇ ਵਿੱਚ ਕਰਨ? ਇਹ ਬਹੁਤ ਚਿਰ ਦੀਆਂ ਤਸਾਵਾਂ ਜਿਹੀਆਂ ਨਿਕਲਦੀਆਂ, ਮੈਂ ਅੱਗੇ ਵੀ ਸੁਣਿਆ ਹੈਗਾ ਆ। ਹਾਂ ਹਾਂ, ਪਰ ਬੀਜੇਪੀ ਚ ਤਾਂ ਹੁਣ ਜਾਣਾ ਨੀ ਹੈਗਾ, ਬੈਠਾ ਆ ਉਹ ਸਾਇਲੈਂਸ। ਹਾਂ, ਇਹ ਹੁਣ ਇਹਨਾਂ ਦਾ ਜੇ ਥੋੜਾ ਜਿਹਾ ਸਮਝੌਤਾ ਹੋ ਜਾਵੇ ਆਪਣੇ ਭਗਵੰਤ ਮਾਨ ਨਾਲ, ਲੈ ਕੇ ਮੋਹਰੇ ਹੋਣ ਤਾਂ ਜਾ ਕੇ ਬਣਨੀ ਗੱਲ ਸਿੱਧੂ ਦੀ। ਬਿਲਕੁਲ ਬਿਲਕੁਲ ਬਿਲਕੁਲ, ਮਿਹਰਬਾਨੀ ਤੁਹਾਡੀ, ਮਿਹਰਬਾਨੀ, ਤੁਸੀਂ ਆਪਣੇ ਵਿਚਾਰ ਰੱਖੇ ਮੇਰੇ ਨਾਲ। ਕਾਫੀ ਸਾਰੇ ਕਾਲਰਸ ਮੇਰੇ ਨਾਲ ਹੋਰ ਵੀ ਨੇ, ਤੁਸੀਂ ਲਾਈਨ ਤੇ ਸਾਡੇ ਨਾਲ ਬਣੇ ਰਹੋ। ਮੈਨੂੰ ਈਮੇਲ ਵੀ ਕਰ ਸਕਦੇ ਹੋ harkirat@jasbroadcasting.com, info@jasbroadcasting.com ਦੇ ਉੱਤੇ। ਫਿਲਹਾਲ ਇੱਕ ਬ੍ਰੇਕ ਰਹੀ, ਇੱਥੇ ਰੁਕ ਰਹੇ ਹਾਂ, ਔਰ ਜਦ ਬ੍ਰੇਕ ਤੋਂ ਬਾਅਦ ਆਵਾਂਗਾ, ਲਵਾਂਗਾ ਤੁਹਾਡੀ ਕਾਲਸ। ਬ੍ਰੇਕ ਤੋਂ ਬਾਅਦ ਸਵਾਗਤ ਹੈ, ਕਾਫੀ ਸਾਰੇ ਸਾਡੇ ਨਾਲ ਕਾਲਰਸ ਜੁੜੇ ਹੋਏ ਹਨ, ਕੀ ਕੁਝ ਵਿਚਾਰ ਰੱਖਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਪਾਲ ਸਿੰਘ ਜੀ, ਮੇਰਾ ਦੇਖੋ ਜੀ ਡਿਸਾਈਡ ਜਿਹੜਾ ਹੋਣਾ ਨੀ ਪੰਜਾਬ ਦਾ ਇਲੈਕਸ਼ਨ ਆਫਟਰ ਨਿਊ ਦਿੱਲੀ ਜੀ, ਤੇ ਬਾਕੀ ਪੰਜਾਬ 2022 ਦੇ ਵਿੱਚ ਜਦੋਂ ਬੀਜੇਪੀ ਦੇ ਚਾਂਸ ਹੈਗੇ ਜਾਂ ਫਿਰ ਆਮ ਪਾਰਟੀ ਦੇ। ਠੀਕ ਹੈ ਜੀ, ਬੀਜੇਪੀ ਇੱਦਾਂ ਕਿ ਟਕਸਾਲੀ ਅਕਾਲੀ ਸ਼ਿਫਟ ਹੋ ਸਕਦੇ ਆ ਉਹਦੇ ਵਿੱਚ, ਬੀਜੇਪੀ ਦੇ ਵਿੱਚ। ਠੀਕ ਹੈ ਜੀ, ਤੇ ਮੁੱਖ ਮੰਤਰੀ ਚਿਹਰਾ ਸਿੱਧੂ ਹੋ ਸਕਦੇ, ਨੰਬਰ 2 ਤੇ ਭਗਵੰਤ ਮਾਨ ਹੋ ਸਕਦੇ ਆ।
ਜਾਂ ਫਿਰ ਬੀਜੇਪੀ ਤੇ ਸੁਖਦੇਵ ਢੀਂਸਾ ਹੋ ਸਕਦੇ ਆ। ਠੀਕ ਹੈ, ਤੇ ਤੁਹਾਨੂੰ ਲੱਗਦਾ ਕਿ ਟਕਸਾਲੀ ਆਗੂ ਅਗਰ ਰਲਾ ਲੈਂਦੇ ਹਨ ਨਵਜੋਤ ਸਿੰਘ ਸਿੱਧੂ ਨੂੰ ਤੇ ਉਹ ਸੀਐਮ ਕੈਂਡੀਡੇਟ ਉਹਨਾਂ ਨੂੰ ਬਣਾ ਸਕਦੇ ਹਨ? ਹਾਂਜੀ ਬਿਲਕੁਲ, ਬਾਕੀ ਕਿਉਂ ਅਕਾਲੀਆਂ ਸਭ ਦੁਖੀ ਹੈਗੇ ਆ ਤੇ ਮੇਰਾ ਕਹਿਣਾ ਅਕਾਲੀ ਜਾਂ ਕਾਂਗਰਸ ਪੰਜਾਬ ਦੁਬਾਰਾ ਆਵੇ। ਠੀਕ ਹੈ, ਇਹ ਮਤਲਬ ਬਹੁਤ ਘੱਟ ਚਾਂਸ ਹੈਗੇ ਆ। ਠੀਕ ਹੈ, ਬਾਕੀ ਫਿਊਚਰ ਆਪ ਕਹਿ ਨਹੀਂ ਸਕਦੇ, ਇਹ ਇੰਨੇ ਮਤਲਬ ਚਾਂਸ ਹੈਗੇ ਬੀਜੇਪੀ ਔਰ ਆਮ ਪਾਰਟੀ ਹੋ ਸਕਦੀ ਪੰਜਾਬ ਵਿੱਚ, ਮੇਰੇ ਨਾਲ ਕਹਿਣਾ ਸਹੀ। ਥੈਂਕ ਯੂ ਵੈਰੀ ਮੱਚ, ਮਿਹਰਬਾਨੀ ਤੁਹਾਡੀ, ਮਿਹਰਬਾਨੀ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਰਕੀਸ਼ ਜੀ ਸਤਿ ਸ਼੍ਰੀ ਅਕਾਲ, ਦਰਸ਼ਨ ਬੋਲਦਾ ਜੀ ਲੋਸ ਐਂਜਲਸ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਨ ਸਿੰਘ ਜੀ, ਠੀਕ ਹੋ? ਬਹੁਤ ਕਿਰਪਾ, ਤੁਸੀਂ ਸੁਣਾਓ ਕਿਵੇਂ ਹੋ? ਬਹੁਤ ਵਧੀਆ, ਕੈਮ ਹੈ ਜੀ, ਬਹੁਤ ਛੇਤੀ ਆ ਰਹੇ ਹਾਂ ਤੁਹਾਡੇ ਕੋਲ ਐਲੇ ਅਸੀਂ। ਕੱਲ ਦੱਸਦਾ ਜੀ, ਯਕੀ ਨਾ ਹੋਈ ਜੀ ਗੱਲ ਕੱਲ ਮੇਰੀ। ਠੀਕ ਹੈ ਜੀ, ਅਸੀਂ ਆ ਰਹੇ ਹਾਂ। ਮੈਂ ਕਿਹਾ ਮੇਰਾ ਫੋਨ ਨੰਬਰ ਲੈ ਲਓ, ਉਹਨੂੰ ਮੈਂ ਨੰਬਰ ਦਿੱਤਾ ਆਪਣਾ। ਦਰਸ਼ਨ ਸਿੰਘ ਜੀ ਨੰਬਰ ਹੈ ਤੁਹਾਡਾ, ਅਸੀਂ ਜ਼ਰੂਰ ਦਰਸ਼ਨ ਦੇਵਾਂਗੇ ਤੁਹਾਨੂੰ। ਦਰਸ਼ਨ ਦਿਓ ਮਹਾਰਾਜ, ਅਸੀਂ ਅਸੀਂ ਤੁਹਾਡੇ ਦਰਸ਼ਨ ਕਰਾਂਗੇ, ਤੁਸੀਂ ਕੱਲ੍ਹ ਦੇਣੇ ਆ। ਦਰਸ਼ਨ ਸਿੰਘ ਜੀ ਨੂੰ ਦਰਸ਼ਨ ਦੇਵਾਂਗੇ। ਕੀ ਰੱਖਣਾ ਚਾਹੁੰਦੇ ਹੋ ਵਿਚਾਰ ਤੁਸੀਂ ਅੱਜ? ਅੱਜ ਅੱਜ ਤੁਹਾਡੇ ਦੋ ਮਸਲੇ ਤੁਸੀਂ ਮਿਕਸ ਅਪ ਕੀਤੇ ਹੋਏ ਆ, ਇੱਕ ਤਾਂ ਅਕਾਲੀਆਂ ਵਾਲਾ ਕੀਤਾ ਜਿਹੜਾ ਹਰਿਮੰਦਰ ਸਾਹਿਬ ਗਏ ਆ। ਹਾਂ ਮੈਂ ਕਿਹਾ ਜੀ ਵੀਕਐਂਡ ਹੈ, ਫਿਰ ਗੱਲ ਹੋਣੀ ਪਾਣੀ ਮੰਡੇ ਨੂੰ, ਮੰਡੇ ਤੱਕ ਕੋਈ ਨਵਾਂ ਮੁੱਦਾ ਆ ਜਾਣਾ, ਤਾਂ ਇਸ ਕਰਕੇ ਦੋਵੇਂ ਮਸਲੇ ਅਸੀਂ ਕਰ ਲਈਏ। ਅੱਛਾ, ਪਹਿਲਾ ਮਸਲਾ ਤਾਂ ਜਿਹੜਾ ਆਪਣਾ ਤੁਸੀਂ ਦੱਸਿਆ ਵੀ ਹਰਿਮੰਦਰ ਸਾਹਿਬ ਗਈ ਹੈ ਜਿਹੜੀ ਕਮਿਊਨਿਟੀ ਆਪਣੀ, ਆਹ ਮੁਸਲਮਾਨ ਕਮਿਊਨਿਟੀ ਜੀ, ਬਈ ਉਹ ਆਪਣੇ ਮਸਲੇ ਲੈਣ ਗਈ ਹੈ ਬਈ ਹਰਿਮੰਦਰ ਸਾਹਿਬ ਦੇ, ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਕਮਨਾਮਾ ਜਾਰੀ ਕਰੋ। ਉਹਨੀ ਵਰਡਿੰਗ ਸੀ ਮੁਸਲਮਾਨ ਪੀਰਾਂ, ਸਿਆਸਤ ਹੈ ਕਹਿੰਦੀ ਹੈ ਕਿ ਜੀ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਨੁਮਾਇੰਦੇ ਹਨ ਔਰ ਬਕਾਇਦਾ ਸੁਖਬੀਰ ਬਾਦਲ, ਉਹ ਬੀਜੇਪੀ ਨੂੰ ਦਰਸਾਉਣਾ ਚਾਹੁੰਦੇ ਹਨ ਕਿ ਸਿੱਖ ਤਾਂ ਪਹਿਲਾਂ ਹੀ ਸਾਡੇ ਨਾਲ ਖੜੇ ਨੇ, ਹੁਣ ਸਾਡੇ ਨਾਲ ਮੁਸਲਿਮ ਭਾਈਚਾਰਾ ਵੀ ਖੜਾ। ਨਹੀਂ 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 ਨਹੀਂ, ਇਹ ਕੰਮ ਨਹੀਂ ਹੋਣਾ। ਫਿਰ ਕੀ ਤੁਹਾਨੂੰ ਕੀ ਲੱਗਦਾ? ਇਹ ਮੈਨੂੰ ਇਹ ਲੱਗਦਾ ਹੈ ਵੀ ਉਹ ਇੰਡੀਵਿਜੂਅਲ ਤੌਰ ਤੇ ਆਪਣੇ ਤੌਰ ਤੇ ਗਏ ਆ, ਇਹਨਾਂ ਨੂੰ ਇਹ ਫਸ ਗਏ ਕੁੜਿੱਕੀ ਚ। ਤੁਹਾਨੂੰ ਮੈਂ ਦੱਸ ਦਵਾਂ, ਇਹ ਪਹਿਲਾਂ ਵੀ ਫਸੇ ਆ, ਜਿੰਨੇ ਪਹਿਲਾਂ ਕਾਲਰ ਨੇ ਕਿਹਾ ਬਈ ਜਿੰਨੇ ਅਕਾਲੀ ਦਲ ਹੈ ਇਹਨਾਂ ਨੇ ਸਾਰਿਆਂ ਨੇ ਹਮਾਇਤ ਕਰਕੇ ਆਪਣੇ ਆਪ ਨੂੰ ਪੰਗਾ ਸਹਿ ਲਿਆ ਬੀਜੇਪੀ ਦੀ, ਕਿਉਂਕਿ ਬੀਜੇਪੀ ਦੀ ਹਮਾਇਤ ਕਰਨ ਨਾਲ ਦੇਖੋ ਇੱਕ ਪਾਸੇ ਅੱਜ ਤੁਹਾਨੂੰ ਮੈਂ ਦੱਸ ਦੇਣਾ ਕੇਜਰੀਵਾਲ ਜਿੱਤਣਾ ਹੈ ਨਾ ਜਿਹੜੇ ਹਿਸਾਬ ਨਾਲ ਉਹਨੇ, ਤਾਂ ਉਹ ਦੁਨੀਆਂ ਭਰ ਚ ਉਸ ਬੰਦੇ ਦੀ ਚਰਚਾ ਹੋਣੀ ਹੈ ਕੇਜਰੀਵਾਲ ਦੀ। ਮੈਂ ਤੁਹਾਨੂੰ ਇਹਦੇ ਵਿੱਚ ਆਪਾਂ ਬਾਅਦ ਚ ਥੋੜੀ ਜਿਹੀ ਗੱਲ ਕਰਦੇ ਹਾਂ। ਮੈਂ ਤੁਹਾਨੂੰ ਪਹਿਲਾਂ ਇਹ ਗੱਲ ਦੱਸਦਾ ਬਈ ਇਹਨਾਂ ਨੇ ਮੁਸਲਮਾਨ ਭਾਈਚਾਰੇ ਨੇ ਇਹ ਅਕਾਲੀਆਂ ਨੂੰ ਕੜਿੱਕੀ ਚ ਲੈ ਲਿਆ। ਤੁਹਾਨੂੰ ਮੈਂ ਦੱਸ ਦਵਾਂ ਕਿਵੇਂ ਇਹ ਹੁਣ ਉਹ ਕਿਵੇਂ, ਮੈਂ ਤੁਹਾਨੂੰ ਦੱਸ ਦੇਣਾ ਕਿਵੇਂ ਬਈ ਜੇ ਤਾਂ ਹੁਣ ਇਹ ਹਮਾਇਤ ਕਰਦੇ ਆ ਅਕਾਲੀਆਂ ਮੁਸਲਮਾਨ ਭਾਈਚਾਰੇ ਦੀ, ਤਾਂ ਬੀਜੇਪੀ ਵਾਲੇ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਤੋੜਾਂਗੇ। ਉਹ ਜਦੋਂ ਹੁਣ ਇਹ ਵਾਪਸ ਗਿਆ ਬੀਜੇਪੀ ਦੇ ਕੋਲੇ, ਉਹਨਾਂ ਨੇ ਕੋਈ ਕਮਿਟਮੈਂਟ ਤਾਂ ਨੀ ਕੀਤੀ ਨਾ ਵੀ ਤੁਸੀਂ ਮੁਸਲਮਾਨਾਂ ਨੂੰ ਅਸੀਂ ਵਿੱਚ ਐਡ ਕਰਾਂਗੇ, ਕੀਤੀ ਤਾਂ ਨੀ ਨਾ ਹੈ। ਦੱਸੋ ਮੈਨੂੰ ਕੀਤੀ ਤਾਂ ਦਾਨ ਦੱਸ ਦਿਓ, ਨਹੀਂ ਕੀਤੀ। ਅੱਛਾ ਉਹ ਗਏ ਸਿਰਫ ਐਵੇਂ ਕੇਜਰੀਵਾਲ ਨੂੰ ਢਾਉਣ ਲਈ, ਕਿਉਂਕਿ ਕੁਰਪਟ ਹੈਗੇ ਸਾਰੇ ਅਕਾਲੀ ਦਲ ਵਾਲੇ, ਜਿਹੜੇ ਮੈਂ ਇਹ ਵਰਡ ਵਰਤਣਾ ਨਹੀਂ ਚਾਹੁੰਦਾ, ਤੇ ਕੁਰਪਟ ਹੈ ਸਾਰੇ ਲੋਕ। ਇਸ ਕਰਕੇ ਉਹਨਾਂ ਨੂੰ ਦੁਖਦਾ ਵੀ ਇਮਾਨਦਾਰ ਬੰਦਾ ਕੋਈ ਮੂਹਰੇ ਨਾ ਜਾਵੇ। ਅੱਜ ਦੁਨੀਆਂ ਭਰ ਦੀ ਸਿਆਸਤ, ਹੁਣ ਦੇਖੋ ਮੋਦੀ ਨੇ ਆਪਣੇ ਸਾਰੇ 200 ਐਮ ਪੀ, 70 ਮਿਨਿਸਟਰ, 10 ਸੂਬਿਆਂ ਦੀਆਂ ਸਰਕਾਰਾਂ ਦੇ ਮੁੱਖ ਮੰਤਰੀ ਉੱਥੇ ਦਿੱਲੀ ਚ ਲਾ ਤੇ, ਜੇ ਹੁਣ ਕੱਲ ਨੂੰ ਉਹਨੂੰ 2 ਸੀਟਾਂ ਬਣਾਈਆਂ ਫਿਰ ਦੇਖੋ ਕੀ ਭਾ ਪਊਗੀ ਫਿਰ। ਇਸ ਕਰਕੇ ਅਕਾਲੀਆਂ ਨੇ ਆਪਣੇ ਪੈਰੀ ਆਪ ਘੋੜਾ ਮਾਰਿਆ। ਇਹ ਇਹਨਾਂ ਨੂੰ ਮੈਂ ਕਹਿੰਦਾ ਪੋਲੀਟੀਕਲੀ ਸਿਆਣੇ ਨੀ ਹੈ। ਆਉਣ ਵਾਲੀ ਸਿਆਸਤ ਹਰਕੀਤ ਜੀ ਕੀ ਪਤਾ ਕਿਹੋ ਜਿਹੀ ਹੋਣੀ ਹੈ, ਤੁਹਾਡੇ ਵਰਗੇ ਮੁੰਡੇ ਸੰਵਿਧਾਨਾਂ ਦੀ ਸਿਆਸਤ ਹੋਣੀ ਹੈ, ਜਿਹੜੇ ਮੁੰਡੇ ਕੇਜਰੀਵਾਲ ਦੇ ਮੂਹਰੇ ਲੱਗੇ ਉਹਨਾਂ ਦੀ ਸਿਆਸਤ ਹੋਣੀ ਹੈ। ਇਹੋ ਜਿਹੇ ਘੜਮ ਚੌਧਰੀਆਂ ਦੀ ਜਿਹਨਾਂ ਨੂੰ ਅਕਲ ਹੀ ਨਹੀਂ ਹੈ ਉਹ ਮੂਹਰੇ ਨਹੀਂ ਲੱਗਣਗੇ। ਹੁਣ ਤੁਹਾਡੇ ਕੋਲ ਦੇਖੋ ਉਹਨਾਂ ਨੇ ਮੁੰਡਿਆਂ ਨੇ ਪੈਸੇ ਕੋਈ ਕਰਜ਼ਾ ਨਹੀਂ ਲਿੱਤਾ, ਕੋਈ ਬਜਟ ਚ ਕਟੌਤੀ ਨਹੀਂ ਕੀਤੀ, ਕਿਸੇ ਤੇ ਫਾਲਤੂ ਟੈਕਸ ਨਹੀਂ ਲਾਇਆ, ਕੋਈ ਬਾਹਰੋਂ ਹੋਰ ਨਹੀਂ ਕਰਜ਼ਾਈ ਕੀਤਾ ਦਿੱਲੀ ਸਟੇਟ ਨੂੰ। ਇਹਦੇ ਬਾਵਜੂਦ ਲੋਕਾਂ ਨੂੰ ਸਹੂਲਤਾਂ ਦੇਣ ਦੇ ਬਾਵਜੂਦ ਜਿਹੜਾ ਬਜਟ ਸੀ ਉਹ ਵੀ ਦੁੱਗਣਾ ਕਰਤਾ, 30,000 ਕਰੋੜ ਤੋਂ 60,000 ਕਰੋੜ ਦਾ ਬਜਟ ਹੈ। ਪਰ ਉਹਨਾਂ ਨੇ ਆਪਣੀ ਸਿਆਣਪ ਦੇ ਨਾਲ ਪੜ੍ਹੀ ਲਿਖੀ ਲੀਡਰਸ਼ਿਪ ਆ, ਉਹ ਇਹ ਮੋਦੀ ਵਰਗੇ ਅਨਪੜ੍ਹ ਬੰਦੇ ਜਿਹੜੇ ਮੂਹਰੇ ਲੱਗੇ ਹੋਏ ਆ, ਇਹਨਾਂ ਨੂੰ ਪਤਾ ਨੀ ਇਕਨੋਮਿਕਸ ਹੁੰਦੀ ਕੀ ਚੀਜ਼ ਹੈ, ਠੀਕ ਹੈ ਨਾ। ਇਸ ਕਰਕੇ ਸਿਰਫ ਜਾ ਦੇ ਸ਼ਹਿਰਾਂ ਦੇ ਨਾਂ ਬਦਲ ਦਿਓ, ਹਿੰਦੂ ਹਿੰਦੀ, ਹਿੰਦੁਸਤਾਨ, ਠੀਕ ਹੈ ਨਾ। ਅੱਜ ਰਾਹਤ ਅੰਦੌਰੀ ਨੇ ਕਿਹਨੂੰ ਠੋਕਿਆ ਬਣਾ ਕੇ, ਤੇ ਮੈਨੂੰ ਕਹਿੰਦਾ ਵੀ ਤੂੰ ਭਾਈ ਸੰਵਿਧਾਨ ਪੜ੍ਹ ਲਾ, ਮੋਦੀ ਸਾਹਿਬ ਨਹੀਂ ਪੜ੍ਹਨਾ ਆਉਂਦਾ ਤਾਂ ਕਿਸੇ ਹੋਰ ਤੋਂ ਪੜਵਾ ਲਾ।
ਮੇਰੀ ਗੱਲ ਕੱਟਿਓ ਨਾ, ਮੇਰੀ ਥੋੜੀ ਜਿਹੀ ਹੋਰ ਰਹਿੰਦੀ ਆ ਹੁਣ ਜੀ ਦਰਸ਼ਨ ਸਿੰਘ ਜੀ। ਤੇ ਉਹਦੇ ਵਿੱਚ ਇਹ ਆ ਵੀ ਇਹਨਾਂ ਨੇ ਜਿਹੜੇ ਸੰਵਿਧਾਨ ਦੀ ਸਹੁੰ ਚੁੱਕੀ ਹੈ, ਉਹਦੀ ਰਾਖੀ ਕਰਨ ਦੀ ਸਹੁੰ ਚੁੱਕੀ ਹੈ, ਨਾ ਕਿ ਉਹਨੂੰ ਡਿਸਟਰੋਏ ਕਰਨ ਦੀ ਇਹਨਾਂ ਨੇ ਸਹੁੰ ਚੁੱਕੀ ਹੈ। ਤੇ ਇਹਨਾਂ ਨੂੰ ਭੁਗਤਣੀਆਂ ਪੈਣਗੀਆਂ ਬੀਜੇਪੀ ਵਾਲਿਆਂ ਨੂੰ, ਜਿਹੜੀਆਂ ਸੰਵਿਧਾਨ ਦੇ ਵਿੱਚ ਜਿਹੜੀਆਂ ਇੰਨੀਆਂ ਕਰ ਰਹੇ ਤਰਮੀਮਾਂ ਕਰ ਰਹੇ ਆ, ਜਾਂ ਇਹੋ ਜਿਹੇ ਕਾਨੂੰਨ ਪਾਸ ਕਰ ਰਹੇ ਆ ਜਿਹੜੇ ਜਿਹੜੇ ਕਾਨੂੰਨਾਂ ਦੀ ਕੋਈ ਜ਼ਰੂਰਤ ਹੀ ਨਹੀਂ ਹੈ। CAA ਦੇ ਕਾਨੂੰਨ, ਜਿਹੜੇ NRC ਦੇ, ਕੋਈ ਜ਼ਰੂਰਤ ਨਹੀਂ ਹੈ। ਇਸ ਵੇਲੇ ਲੋਕ ਤਾਂ ਭੁੱਖੇ ਮਰ ਰਹੇ ਆ ਉੱਥੇ, ਉਹਨਾਂ ਨੂੰ ਰੋਟੀ ਦੀ ਲੋੜ ਹੈ, ਉਹਨਾਂ ਨੂੰ ਇਸ ਵੇਲੇ ਰੁਜ਼ਗਾਰ ਦੀ ਜ਼ਰੂਰਤ ਹੈ। ਜਿਹੜੇ ਮੁੰਡੇ ਆ, ਹੁਣ ਕੇਜਰੀਵਾਲ ਨੇ ਠੀਕ ਕਿਹਾ, ਕਹਿੰਦਾ ਜੇ ਸਾਡੀ ਜਨਰੇਸ਼ਨ ਪੜ ਗਈ ਤੇ ਕਹਿੰਦਾ ਅਸੀਂ ਤਾਂ ਦੁਨੀਆ ਭਰ 'ਚ ਰਾਜ ਕਰਾਂਗੇ। 35% ਸਾਡੇ 35 ਸਾਲ ਤੋਂ ਘੱਟ ਨੌਜਵਾਨ ਆ ਮੁੰਡੇ, ਜਿਹੜੇ ਕਿ ਦੁਨੀਆ ਭਰ 'ਚ ਕਿਤੇ ਨਹੀਂ ਹੈ, ਠੀਕ ਹੈ ਨਾ। ਸਾਡੇ ਜਵਾਨ ਬੇਚਾਰੇ ਡਰੱਗਾਂ ਖਾਂਦੇ ਆ, ਤੁਰੇ ਫਿਰਦੇ ਆ। ਹੁਣ ਆ ਗਈ ਗੱਲ ਜਿਹੜੀ ਆਪਾਂ ਚੋਣਾਂ ਦੀ, ਦਿੱਲੀ ਦੀ ਗੱਲ, ਜੀ ਜੀ, ਪੰਜਾਬ 'ਚ ਕੀ ਹੋਊਗਾ ਜੀ। ਪੰਜਾਬ ਦੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ, ਕਿਉਂਕਿ ਹੁਣ ਜਿਹੜੀ ਅੱਗੇ ਵਾਲੀ ਝਾਕ ਸੀ ਵੀ ਉਹ ਫਲਾਨਾ ਆਊਗਾ ਕਿ ਧਮਕਾਨਾ ਆਊਗਾ, ਉਹ GIM ਜਿਹੜਾ ਆਊਗਾ, ਠੀਕ ਹੈ ਨਾ, ਉਹਦੇ ਵਿੱਚ ਕੋਈ ਸ਼ੱਕ ਨੀ। ਬਹੁਤ ਸਾਰੇ ਯਾਨੀ 8-10 MLA ਟੁੱਟੇ ਕਾਂਗਰਸ ਦੇ ਆਉਣ ਵਾਲੇ ਆ, ਤੁਹਾਨੂੰ ਮੈਂ ਦੱਸ ਦਮਾਗ, ਠੀਕ ਹੈ ਨਾ। ਉਹ ਆਉਣਗੇ ਜਦੋਂ 11 ਤਰੀਕ ਤੋਂ ਬਾਅਦ ਜਦੋਂ ਇਲੈਕਸ਼ਨ ਆਪਣੇ ਰਿਜ਼ਲਟ ਆ ਗਏ, ਉਦੋਂ ਬਾਅਦ ਆਉਣਗੇ, ਸਿੱਧੂ ਵੀ ਆਊਗਾ, ਸਾਰੇ ਆਉਣਗੇ ਉੱਥੇ ਬੈਠ ਕੇ। ਜਿਹੜਾ ਲੋਕ ਕਹਿਣਗੇ ਕੋਈ ਕਿਸੇ ਨੂੰ ਮਿਥਣਾ ਨੀ ਵੀ ਭਗਵੰਤ ਮਾਨ ਬਣੂਗਾ ਜਾਂ ਫਲਾਨਾ ਬਣੂਗਾ, ਉਹ ਜਿਹੜੀ ਉਹਨਾਂ ਦਾ ਫੈਸਲਾ ਹੋਊਗਾ ਇਹ ਉਹਨਾਂ ਦਾ, ਅਸੀਂ ਉਹਨਾਂ ਦੀ ਸਪੋਰਟ ਕਰਨੀ ਹੈ, ਠੀਕ ਹੈ ਨਾ। ਇਹ ਕੰਮ ਹੋਣ ਵਾਲਾ ਜਨਾਬ, ਤੇ ਇਸ ਕਰਕੇ ਇਹਨਾਂ ਮੋਦੀਆਂ ਨੂੰ, ਇਹਨਾਂ ਅਨਪੜ ਲਾਣਿਆਂ ਨੂੰ, ਇਹਨਾਂ ਨੂੰ ਚਾਹੇ ਅਕਾਲੀ ਹੈ ਚਾਹੇ ਪੰਜਾਬ 'ਚ, ਅਨਪੜ ਬੰਦੇ ਦੀ ਸਿਆਸਤ ਇਸ ਵੇਲੇ ਵੱਡੀ ਪੂਚੀ ਜਾਣੀ ਹੈ। ਤੁਹਾਨੂੰ ਮੈਂ ਦੱਸ ਦਵਾਂ, ਕੇਜਰੀਵਾਲ ਦੇ ਆਉਣ ਦੇ ਨਾਲ ਜਿਹੜਾ ਨਵਾਂ ਯੰਗ ਤਬਕਾ ਜਿਵੇਂ ਤੁਸੀਂ ਹੋ, ਉਹੋ ਜਿਹੇ ਮੁੰਡਿਆਂ ਨੂੰ, ਉਹਨਾਂ ਮੁੰਡਿਆਂ ਨੂੰ ਬਲ ਮਿਲਣਾ ਉਸ ਗੱਲ ਦਾ ਵੀ ਅਸੀਂ ਭਾਈ ਸਾਹਿਬ ਇੱਥੇ ਜਿਹੜਾ ਅਸੀਂ ਸਾਨੂੰ ਲੁੱਟੀ ਜਾਂਦੇ, ਜਿਹੜੇ ਪੱਗਾਂ ਦੀਆਂ ਪੁੱਟੀਆਂ ਸਿੱਧੀਆਂ ਬੰਨ ਕੇ ਨਾਲੇ ਲਮਕਾ ਕੇ, ਇਹਨਾਂ ਨੂੰ ਕੋਈ ਪੋਲੀਟੀਕਲ ਸਟੈਂਡ ਵੀ ਹੈ ਨਹੀਂ ਉਹਨਾਂ ਲੋਕਾਂ ਨੂੰ। ਯੂਥ ਅੱਗੇ ਆਊਗਾ, ਤੁਹਾਡਾ ਕਹਿਣ ਦਾ ਮਤਲਬ ਹੈ, ਬਿਲਕੁਲ ਠੀਕ ਹੈ ਜੀ, ਠੀਕ ਹੈ ਠੀਕ ਹੈ ਜੀ। ਦਰਸ਼ਨ ਸਿੰਘ ਜੀ, ਹੁੰਦੇ ਤੁਹਾਡੇ ਦਰਸ਼ਨ, ਓਕੇ, ਮਿਹਰਬਾਨੀ, ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ। ਮੇਰੇ ਨਾਲ ਕਾਫੀ ਸਾਰੇ ਕਾਲਰਸ ਹੋਰ ਵੀ ਜੁੜੇ ਹੋਏ ਨੇ ਫਿਲਹਾਲ, ਅਤੇ ਸਮਾਂ ਮੈਨੂੰ ਇੱਕ ਬ੍ਰੇਕ ਲਈ ਰੋਕ ਰਿਹਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਸਾਡੇ ਨਾਲ, ਦਰਸ਼ਕ ਜਿਹੜੇ ਨੇ ਜੁੜੇ ਹੋਏ ਨੇ ਉਹਨਾਂ ਨੂੰ ਅਸੀਂ ਸੁਣਨਾ ਚਾਹੁੰਦੇ ਹਾਂ ਕਿ ਕੀ ਕੁਝ ਵਿਚਾਰੋ ਰੱਖਣਾ ਚਾਹੁੰਦੇ ਹੋ। ਤੁਹਾਡਾ ਸਵਾਗਤ ਹੈ ਜੀ, ਬ੍ਰੇਕ ਤੋਂ ਬਾਅਦ ਕੀ ਕੁਝ ਰੱਖਣਾ ਚਾਹੁੰਦੇ ਹੋ ਤੁਸੀਂ? ਹੈਲੋ, ਮੈਂ ਆਪਣੇ ਦਰਸ਼ਕਾਂ ਨੂੰ ਦਰਖਾਸਤ ਕਰਾਂਗਾ ਕਿ ਉਹ ਆਪਣੇ TV ਸੈੱਟ ਦੀ ਜਿਹੜੀ ਵੋਲਿਊਮ ਹੈ ਉਹਨੂੰ ਘੱਟ ਕਰ ਦੇਣ, ਕਿਉਂਕਿ ਤੁਹਾਡੀ ਆਵਾਜ਼ ਜਿਹੜੀ ਹੈ ਉਹ ਸਾਡੇ ਕੋਲ ਨਹੀਂ ਪਹੁੰਚ ਪਾਉਂਦੀ। ਤੁਸੀਂ ਕਾਲ ਕਰਕੇ ਜਿਹੜੀ ਵੇਟਿੰਗ ਦੇ ਉੱਤੇ ਤੁਹਾਨੂੰ ਕਿਹਾ ਜਾਂਦਾ, ਤਾਂ ਤੁਸੀਂ ਵੇਟ ਕਰਿਆ ਕਰੋ, ਨੈਕਸਟ ਜਿਹੜੇ ਕਾਲਰਸ ਨੇ ਉਹਨਾਂ ਨੂੰ ਅਸੀਂ ਸੁਣ ਸਕੀਏ। ਫਿਲਹਾਲ ਇਸ ਮੰਚ ਦੇ ਉੱਤੇ ਪ੍ਰੋਗਰਾਮ ਰੱਖ ਰਹੇ ਸੀਗੇ ਅਸੀਂ ਕਿ ਹੁਣ ਦਿੱਲੀ ਦੇ ਵਿੱਚ ਨਤੀਜੇ ਜਦ 11 ਫਰਵਰੀ ਨੂੰ ਆਉਣਗੇ, ਜਿਵੇਂ ਕਿ ਦਰਸ਼ਕਾਂ ਨੇ ਦੱਸਿਆ ਕਿ ਕੇਜਰੀਵਾਲ ਮੁੜ ਤੋਂ ਸਰਕਾਰ ਬਣਾ ਸਕਦੇ ਹਨ, ਔਰ ਕੇਜਰੀਵਾਲ ਜੇ ਸਰਕਾਰ ਬਣਾ ਲੈਂਦੇ ਹਨ ਤਾਂ ਉਹਦਾ ਪ੍ਰਭਾਵ ਪੰਜਾਬ ਦੇ ਵਿੱਚ ਕੀ ਪਊਗਾ, ਔਰ ਜੇ ਪੰਜਾਬ ਦੇ ਵਿੱਚ ਅਗਰ ਮੁੱਖ ਮੰਤਰੀ ਐਲਾਨਿਆ ਜਾਂਦਾ 2022 ਦੇ ਵਿੱਚ, ਜੇਕਰ ਨਵਜੋਤ ਸਿੰਘ ਸਿੱਧੂ ਜੁਆਇਨ ਕਰ ਲੈਂਦੇ ਹਨ ਜਾਂ ਫਿਰ ਲਾਈਕ ਮਾਈਂਡਿਡ ਹੋਰ ਜਿਹੜੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸੀਗੇ, ਜਿਵੇਂ ਕਿ ਸੁਖਪਾਲ ਖਹਿਰਾ, ਸੁੱਚਾ ਸਿੰਘ ਛੋਟੇਪੁਰ ਵਰਗੇ, ਅਗਰ ਜੁਆਇਨ ਕਰ ਲੈਂਦੇ ਹਨ ਜਾਂ ਫਿਰ ਇੱਕ ਵੱਖਰਾ ਅਲਾਇੰਸ ਬਣ ਕੇ ਪੰਜਾਬ ਦੇ ਵਿੱਚ ਆਉਂਦਾ, ਔਰ ਇਹ ਸਾਰਾ ਅਲਾਇੰਸ ਅਗਰ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲੈਂਦਾ, ਤਾਂ ਫਿਰ ਕੀ ਜਿਹੜੇ ਕੰਮ ਅਰਵਿੰਦ ਕੇਜਰੀਵਾਲ ਨੇ ਕਰਕੇ ਦਿੱਲੀ ਦੇ ਵਿੱਚ ਵਿਖਾਏ, ਕਿ ਉਹੀ ਕੰਮ ਉਹ ਪੰਜਾਬ ਦੇ ਵਿੱਚ ਵੀ ਬਕਾਇਦਾ ਤੌਰ ਦੇ ਉੱਤੇ ਉਹਨਾਂ ਦੀ ਟੀਮ ਜਿਹੜੀ ਹੈਗੀ ਉਹ ਕਰਕੇ ਵਿਖਾਉਂਦੀ? ਕਿਉਂਕਿ ਗਲਤੀ, ਜਿਵੇਂ ਕਿ ਸਾਨੂੰ ਦਰਸ਼ਨ ਸਿੰਘ ਜੀ ਦੱਸ ਰਹੇ ਸੀਗੇ ਕਿ ਗਲਤੀ ਕੇਜਰੀਵਾਲ ਤੋਂ ਹੋ ਗਈ ਸੀਗੀ ਕਿ ਉਹਨੇ CM ਕੈਂਡੀਡੇਟ ਜਿਹੜਾ ਸੀਗਾ ਉਹ ਨਹੀਂ ਐਲਾਨਿਆ, ਲੇਕਿਨ ਭਗਵੰਤ ਮਾਨ ਆਲਰੇਡੀ ਹੀ ਰੇਸ ਦੇ ਵਿੱਚ ਹਨ। ਕੀ ਭਗਵੰਤ ਮਾਨ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਆਉਣ ਦੇਣਗੇ? ਜੇਕਰ ਨਵਜੋਤ ਸਿੰਘ ਸਿੱਧੂ ਅੱਗੇ ਆਉਂਦੇ ਹਨ, ਤਾਂ ਫਿਰ ਕੀ ਮੁੜ ਤੋਂ ਪੰਜਾਬ ਦੇ ਭਵਿੱਖ ਦੀ ਜਿਹੜੀ ਇੱਕ ਫਿਊਚਰ ਦੇ ਵਿੱਚ ਅਸੀਂ ਸੋਚਦੇ ਸੀਗੇ ਕਿ ਕੁਝ ਨਾ ਕੁਝ ਹੋ ਸਕਦਾ, ਉਹ ਪ੍ਰੈਡਿਕਸ਼ਨ ਸੱਚ ਹੋ ਸਕਦੀ ਹੈ ਕਿ ਨਹੀਂ, ਵੱਡਾ ਸਵਾਲ ਬਣਦਾ। ਲੇਕਿਨ ਨਤੀਜਾ ਹੁਣ 11 ਫਰਵਰੀ ਦੀ ਦਿੱਲੀ ਦੀ ਚੋਣਾਂ ਦੇ ਉੱਤੇ ਹੈ, ਕਿੰਨੇ ਮਾਰਜਨ ਤੋਂ ਅਰਵਿੰਦ ਕੇਜਰੀਵਾਲ ਜਿੱਤ ਕੇ ਆਉਂਦੇ ਹਨ,
ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ? ਤੁਸੀਂ ਮੈਨੂੰ ਈਮੇਲ ਰਾਹੀਂ ਵੀ ਆਪਣੇ ਵਿਚਾਰ ਭੇਜ ਸਕਦੇ ਹੋ, info@justbroadcasting.com, harkirat@justbroadcasting.com ਦੇ ਉੱਤੇ। ਸਮਾਂ ਮੇਰੇ ਕੋਲ ਨਹੀਂ ਹੈਗਾ, ਨਹੀਂ ਤਾਂ ਮੈਂ ਤੁਹਾਡੇ ਫੋਨ ਸੁਣਨਾ ਚਾਹੁੰਦਾ ਸੀਗਾ, ਲੇਕਿਨ ਮੈਂ ਫਿਰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ 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 ਭਾਜੀ, ਦੇਖੋ ਜਿਹੜੀ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਹੈ ਨਾ ਜੀ, ਜੀ ਉੱਥੇ ਬੀਜੇਪੀ ਨੇ ਆਪਣਾ ਮਸਲ ਬਹੁਤ ਝੋਕਤਾ ਆ ਜੀ। ਜੀ ਪੈਸਾ ਬਹੁਤ ਵੱਡੇ ਪੱਧਰ ਤੇ ਵੰਡਿਆ ਗਿਆ, ਤੁਹਾਨੂੰ ਸਿੱਧੀ ਗੱਲ ਦੱਸ ਦਿੰਦਾ ਜੀ, ਅਰਬਾਂ ਰੁਪਈਆ ਵੰਡਿਆ ਗਿਆ ਦਿੱਲੀ ਦੇ ਅੰਦਰ ਜੀ, ਔਰ ਉਹਨਾਂ ਦੇ ਸਾਰੇ MP ਸਾਰੇ ਜਿੰਨੇ ਵੀ ਉਹਨਾਂ ਦੇ ਚੀਫ ਮਿਨਿਸਟਰ ਸਾਰਿਆਂ ਨੇ ਆਪਾਂ ਆਪਣੇ ਪਾਸੇ ਸੰਭਾਲੇ ਆ ਜੀ। ਜਾਣ ਕੇ ਡਾਊਟ ਆ ਵੀ ਇਹ ਇਲੈਕਸ਼ਨਾਂ ਜਿਹੜੀਆਂ ਚੋਰੀ ਹੋ ਜਾਣਗੀਆਂ ਦਿੱਲੀ ਚ, ਕਿਉਂਕਿ ਜਿਹੜੇ ਕਾਰਪੋਰੇਟ ਘਰਾਣੇ ਆ ਨਾ ਭਾਜੀ, ਉਹ ਦਿੱਲੀ ਨੂੰ ਇੰਨਾ ਇੰਨਾ ਸੋਸ਼ਲ ਨਹੀਂ ਮੰਗਦੇ ਵੀ ਹਰ ਇੱਕ ਚੀਜ਼ ਸਰਕਾਰ ਵੱਲੋਂ ਫ੍ਰੀ ਦਿੱਤੀ ਜਾਵੇ, ਉਹਨੂੰ ਐਜ ਉਹ ਬਿਜ਼ਨਸ ਸੈਂਟਰ ਬਣਾਉਣਾ ਮੰਗਦੇ, ਤੁਸੀਂ ਸਮਝਦੇ ਮੇਰੀ ਗੱਲ ਨੂੰ? ਜਿੱਦਾਂ ਜਿਹੜਾ ਹੈਗਾ ਆਪਣੇ ਕੇਜਰੀਵਾਲ ਦਾ ਹੈਗਾ ਵੀ ਚਲੋ ਵੀ ਹਰੇਕ ਬੰਦੇ ਨੂੰ ਫ੍ਰੀ ਦਵਾਈ ਫ੍ਰੀ ਸਾਰਾ ਕੁਛ, ਇਹ ਤੁਸੀਂ ਦੇਖਿਓ ਲੱਗਦਾ ਨਹੀਂ ਰਿਜ਼ਲਟ, ਕਿਉਂਕਿ ਇਸ ਟਾਈਮ ਜਿਹੜੀ ਲੋਕਾਂ ਦੀ ਐਕਸਾਈਟਮੈਂਟ ਹੈ ਦਿੱਲੀ ਦੇ ਅੰਦਰ ਉਹ ਪਿਛਲੇ ਵਾਲੀ ਨਹੀਂ ਹੈਗੀ, ਇਹ ਵੀ ਨੋਟ ਕਰੋ ਥੋੜਾ ਜਿਹਾ। ਅੱਛਾ, ਬਾਕੀ ਤੁਸੀਂ ਪੰਜਾਬ ਦੀ ਗੱਲ ਕਰਦੇ ਆ, ਦੇਖੋ ਪੰਜਾਬ ਦੇ ਅੰਦਰ ਕਈ ਵਾਰੀ ਐਫਰਟ ਹੋਏ ਆ ਥਰਡ ਫਰੰਟ ਆਉਣ ਦੇ, ਕਿਉਂਕਿ ਜਿਹੜੀ ਦੋਨੇ ਐਸਟੈਬਲਿਸ਼ ਪਾਰਟੀਆਂ ਆ ਜੀ, ਇਹਨਾਂ ਨੇ ਦੇਖੋ ਹੁਣ ਜਿਹੜੀਆਂ ਭਾਜੀ ਇੰਡੀਆ 'ਚ ਇਲੈਕਸ਼ਨਾਂ ਹੋ ਰਹੀਆਂ ਹਨਾ, ਉਹ ਵੋਟ ਨੇ ਵੋਟਰ ਨੇ ਡਿਸਾਈਡ ਕਰ ਰਿਹਾ ਜੀ, ਜੀ ਚਲੋ ਹੁਣ ਜੇ ਅਗਰ ਦੇਖੋ ਮੈਨੂੰ ਸਾਨੂੰ ਡਾਊਟ ਆ ਕਿ ਦਿੱਲੀ ਦੇ ਅੰਦਰ ਰਿਜ਼ਲਟ ਸ਼ਾਇਦ ਥੋੜੇ ਜਿਹਾ ਲੋਕਾਂ ਦੇ ਮੁਤਾਬਕ ਨਹੀਂ ਆਉਣਗੇ ਸ਼ਾਇਦ। ਠੀਕ ਹੈ ਜੀ, ਠੀਕ ਹੈ ਜੀ ਜੀ, ਕਿਸ ਦੀ ਹੋਵੇਗੀ ਦਿੱਲੀ ਵੱਡਾ ਸਵਾਲ ਬਣਦਾ, ਲੇਕਿਨ 11 ਫਰਵਰੀ ਨੂੰ ਜੋ ਵੀ ਨਤੀਜੇ ਹੋਣਗੇ ਅਸੀਂ ਤੁਹਾਨੂੰ ਪਲ ਪਲ ਦੀ ਜਾਣਕਾਰੀ ਇਸ ਮੰਚ ਦੇ ਉੱਤੇ ਦਿੰਦੇ ਰਹਾਂਗੇ। ਫਿਲਹਾਲ ਇਹੀ ਸੀਗਾ ਅੱਜ ਦਾ ਮੁੱਦਾ, ਮੈਂ ਸੀਗਾ ਹਰਕਿਰਨ ਸਿੰਘ ਆਹਲੂਵਾਲੀਆ, ਧੰਨਵਾਦ, ਸਤਿ ਸ਼੍ਰੀ ਅਕਾਲ।